ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਆਪਣੀ ਆਰਤੀ ਤੁਹਾਡੇ ਲਈ ਲੈ ਕੇ ਹੈਗੀ ਹਾਂ ਕਿਸਮਤ ਕਰਮਾ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕਾਰਡ, ਤੁਹਾਡੇ ਪੱਤੇ ਦੇਖੂੰਗੀ ਅਤੇ ਤੁਹਾਨੂੰ ਸਾਰਿਆਂ ਨੂੰ ਦੱਸੂੰਗੀ ਕਿ ਕਿਸ ਤਰ੍ਹਾਂ ਜਾਂ ਕਿੰਨੀ ਜਲਦੀ ਤੁਸੀਂ ਆਪਣੀ ਲਾਈਫ 'ਚ ਖੁਦ ਇੰਪਰੂਵਮੈਂਟ ਜਾਂ ਸਹੀ ਸਟਰੋਂਗ ਪੋਜ਼ਿਟਿਵ ਐਨਰਜੀ ਲੈ ਕੇ ਆ ਸਕਦੇ ਹਾਂ। ਯਾਦ ਰੱਖਣਾ, ਜੇ ਤੁਸੀਂ ਆਪਣੇ ਬਾਰੇ 'ਚ ਕੋਈ ਵੀ ਗੱਲ ਪੁੱਛਣਾ ਚਾਹੁੰਦੇ ਹੋ, ਆਪਣੇ ਸਵਾਲ, ਆਪਣੇ ਕੁਐਸਚਨ ਪਹਿਲਾਂ ਤੋਂ ਹੀ ਰੈਡੀ ਰੱਖਣਾ, ਤਿਆਰ ਰੱਖਣਾ, ਤਾਂ ਕਿ ਕਾਰਡ ਦੇ ਹਿਸਾਬ ਨਾਲ ਤੁਹਾਡੀ ਪੂਰੀ ਪੂਰੀ ਮਦਦ ਕਰ ਸਕਾਂ। ਆਈ ਡੂ ਮਾਈ ਐਬਸੋਲੂਟਲੀ ਬੈਸਟ ਟੂ ਹੈਲਪ ਯੂ ਇਨ ਐਵਰੀ ਵੇ ਆਈ ਕੈਨ। ਪਰ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਕਿ ਤੁਹਾਡਾ ਕੁਐਸਚਨ ਰੈਡੀ ਹੋਣਾ ਚਾਹੀਦਾ, ਤੁਹਾਡਾ ਸਵਾਲ ਰੈਡੀ ਹੋਣਾ ਚਾਹੀਦਾ। ਸੋ ਆਈ ਕੈਨ ਡੂ ਮਾਈ ਐਬਸੋਲੂਟਲੀ ਬੈਸਟ ਟੂ ਹੈਲਪ ਯੂ ਇਨ ਐਵਰੀ ਵੇ ਪੋਸੀਬਲ। ਜਿੰਨੀ ਵੀ ਮੇਰੇ ਕੋਲ ਹੋ ਸਕੇ ਤੁਹਾਡੀ ਮਦਦ, ਤੁਹਾਡੀ ਹੈਲਪ ਜ਼ਰੂਰ ਕਰੂੰਗੀ। ਐਟ ਦੀ ਐਂਡ ਆਫ ਦ ਡੇ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈਗੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਾਂ, ਤੁਹਾਡੀ ਵੀ ਮਦਦ ਕਰਨਾ ਚਾਹੁੰਦੀ ਹਾਂ, ਹੈਲਪ ਕਰਨਾ ਚਾਹੁੰਦੀ ਹਾਂ। ਬਟ ਆਈ ਕੈਨ ਓਨਲੀ ਹੈਲਪ ਯੂ ਇਫ ਯੂ ਕਮਿਊਨੀਕੇਟ ਵਿਦ ਮੀ। ਜਦ ਤੱਕ ਤੁਸੀਂ ਮੈਨੂੰ ਕਹੋਗੇ ਨਹੀਂ, ਮੈਨੂੰ ਦੱਸਾਂਗੇ ਨਹੀਂ, ਮੈਂ ਕੁਛ ਨਹੀਂ ਕਰ ਸਕੂੰਗੀ। ਸੋ ਗੈਟ ਇਨ ਟੱਚ ਵਿਦ ਮੀ, ਲੈਟ ਮੀ ਨੋ ਐਗਜੈਕਟਲੀ ਵਾਟ ਇਜ਼ ਦੈਟ ਯੂ ਵਾਂਟ ਹੈਲਪ ਵਿਦ। ਜਿੰਨੀ ਵੀ ਮੇਰੇ ਕੋਲ ਹੋ ਸਕੇ ਤੁਹਾਡੀ ਮਦਦ ਜ਼ਰੂਰ ਕਰੂੰਗੀ। ਸਭ ਤੋਂ ਇੰਪੋਰਟੈਂਟ ਚੀਜ਼ ਲਾਈਫ ਦੇ ਵਿੱਚ ਇਹ ਹੈਗੀ ਹੈ ਕਿ ਜੇ ਅਸੀਂ ਆਪਣੀ ਲਾਈਫ ਨੂੰ ਇੰਪਰੂਵ ਕਰਨਾ ਚਾਹੁੰਦੇ ਹਾਂ, ਪੋਜ਼ਿਟਿਵ ਬਣਾਉਣਾ ਚਾਹੁੰਦੇ ਹਾਂ, ਸਾਨੂੰ ਆਪਣੇ ਵੱਲੋਂ ਸਹੀ ਸਟੈਪ ਲੈਣਾ ਚਾਹੀਦਾ, ਸਟਰੋਂਗ ਸਟੈਪ ਲੈਣਾ ਚਾਹੀਦਾ, ਫਿਰ ਹੀ ਕਿਤੇ ਅੱਗੇ ਗੱਲ ਬਣ ਸਕਦੀ ਹੈਗੀ ਆ। ਜਦ ਤੱਕ ਤੁਸੀਂ ਆਪਣੇ ਵੱਲੋਂ ਸਹੀ ਮਿਹਨਤ ਨਹੀਂ ਕਰਦੇ ਜਾਂ ਸਹੀ ਕੋਸ਼ਿਸ਼ ਨਹੀਂ ਕਰਦੇ ਹੈਗੇ, ਉਦੋਂ ਤੱਕ ਕੁਛ ਨਹੀਂ ਹੋ ਸਕਦਾ ਹੈਗਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਐਨਰਜੀ, ਤੁਹਾਡੀ ਲਾਈਫ ਪੋਜ਼ਿਟਿਵ ਹੋਵੇ, ਤੁਹਾਡੀ ਲਾਈਫ ਦੇ ਵਿੱਚ ਰਾਈਟ ਸਟਰੋਂਗ ਐਨਰਜੀ ਆਵੇ, ਤੁਹਾਨੂੰ ਆਪਣੇ ਵੱਲੋਂ ਥੋੜ੍ਹੀ ਬਹੁਤ ਮਿਹਨਤ, ਥੋੜ੍ਹੀ ਬਹੁਤ ਕੋਸ਼ਿਸ਼ ਤਾਂ ਕਰਨੀ ਹੀ ਪਊਗੀ ਕਿ ਜਿਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਹੀ ਇੰਪਰੂਵਮੈਂਟਸ ਦੇਖ ਸਕਦੇ ਹਾਂ ਜਿਹੜੀਆਂ ਆਉਣੀਆਂ ਚਾਹੀਦੀਆਂ ਹੈਗੀਆਂ ਆ। ਯਾਦ ਰੱਖਣਾ, ਜੇ ਤੁਸੀਂ ਅੱਜ ਦੇ ਲਾਈਵ ਇੰਟਰੈਕਟਿਵ ਸ਼ੋਅ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੈਗੇ ਆ, ਦੈਨ ਡੈਫੀਨੇਟਲੀ ਗਿਵ ਮੀ ਅ ਕੋਲ। ਨੰਬਰ ਇਜ਼ ਐਟ ਦ ਬੋਟਮ ਆਫ ਦ ਸਕਰੀਨ, ਐਸੀ ਨੰਬਰ ਦੇ ਜ਼ਰੀਏ ਮੈਨੂੰ ਕੋਂਟੈਕਟ ਕਰ ਸਕਦੇ ਹਾਂ। ਜੇ ਕਿਸੇ ਵੀ ਰੀਜ਼ਨ ਦੇ ਲਈ ਤੁਹਾਨੂੰ ਇੱਦਾਂ ਲੱਗੇ ਕਿ ਅਸੀਂ ਡਾਕਟਰ ਆਰਤੀ ਨਾਲ ਔਫਿਰ ਗੱਲ ਕਰਨੀ ਆ ਜਾਂ ਪਰਸਨਲੀ ਆ ਕੇ ਮਿਲਣਾ ਆ, ਦੈਨ ਯੂ ਆਰ ਮੋਸਟ ਵੈਲਕਮ। ਉਹਦੇ ਲਈ ਤੁਸੀਂ ਪ੍ਰੀ ਬੁਕਿੰਗ ਨੰਬਰ ਦੇ ਉੱਤੇ ਤੁਸੀਂ ਕਿਸੇ ਵੀ ਵੇਲੇ ਫੋਨ ਕਰ ਸਕਦੇ ਹਾਂ, ਮੇਰੀ ਟੀਮ ਨਾਲ ਗੱਲ ਕਰ ਸਕਦੇ ਹਾਂ ਅਤੇ ਮੇਰੀ ਟੀਮ ਤੁਹਾਡੇ ਲਈ ਡੇਟ, ਟਾਈਮ ਵਗੈਰਾ ਅਰੇਂਜ ਕਰ ਦੇਣਗੇ। ਫਿਰ ਉਸ ਦਿਨ, ਉਸ ਡੇਟ, ਉਸ ਟਾਈਮ 'ਤੇ ਜਾਂ ਤਾਂ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹਾਂ ਜਾਂ ਫਿਰ ਮੇਰੇ ਨਾਲ ਔਫਿਰ ਗੱਲ ਕਰ ਸਕਦੇ ਹਾਂ। ਜੇ ਤੁਹਾਡੀ ਮੇਰੇ ਨਾਲ ਆਲਰੇਡੀ ਔਫਿਰ ਰੀਡਿੰਗ ਹੋ ਚੁੱਕੀ ਆ ਅਤੇ ਤੁਸੀਂ ਉਹਦੇ ਬਾਰੇ 'ਚ ਕੁਝ ਪੁੱਛਣਾ ਚਾਹੁੰਦੇ ਹਾਂ, ਬੈਟਰ ਇਹੀ ਰਹੂਗਾ ਔਫਿਰ ਮੇਰੇ ਨਾਲ ਗੱਲ ਕਰ ਲਓ, ਬਿਕੋਜ਼ ਓਬਵੀਅਸਲੀ ਹੈਵ ਯੂ ਇਨਫੋਰਮੇਸ਼ਨ ਇਨ ਫਰੰਟ ਆਫ ਮੀ ਰਾਈਟ ਨਾਓ। ਫਿਰ ਐਸੀ ਵੇਲੇ ਤੁਹਾਡੀ ਮਦਦ ਨਹੀਂ ਕਰ ਸਕੂੰਗੀ। ਸੋ ਉਹਦੇ ਲਈ ਬੈਟਰ ਇਹੀ ਰਹੂਗਾ ਕਿ ਤੁਸੀਂ ਔਫਿਰ ਮੇਰੇ ਨਾਲ ਗੱਲ ਕਰ ਲਓ। ਸੋ ਆਖਿਰ ਡੂ ਮਾਈ ਐਬਸੋਲੂਟਲੀ ਬੈਸਟ ਟੂ ਹੈਲਪ ਯੂ ਇਨ ਐਵਰੀ ਵੇ ਆਈ ਕੈਨ। ਯਾਦ ਰੱਖਣਾ ਕਿ ਅੱਜ ਦਾ ਸ਼ੋਅ ਤੁਹਾਡੇ ਸਾਹਮਣੇ ਠੀਕ 1 ਵਜੇ ਤੱਕ ਰਹੂਗਾ, ਫਿਰ ਪੂਰੇ ਘੰਟੇ ਦਾ ਟਾਈਮ ਤੁਹਾਡੇ ਕੋਲ ਹੈਗਾ ਆ। ਜਿੰਨੀ ਵੀ ਮੇਰੇ ਕੋਲ ਹੋ ਸਕੇ ਤੁਹਾਡੀ ਮਦਦ, ਤੁਹਾਡੀ ਹੈਲਪ ਜ਼ਰੂਰ ਕਰੂੰਗੀ। ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ ਜਾਂ ਅੱਗੇ ਜਾਣਾ ਚਾਹੁੰਦੇ ਹੈਗੇ ਹਾਂ, ਆਪਣੀ ਲਾਈਫ ਨੂੰ ਪੋਜ਼ਿਟਿਵ ਬਣਾਓ, ਸਟਰੋਂਗ ਬਣਾਓ ਕਿ ਜਿਹਦੇ ਨਾਲ ਤੁਹਾਡੀ ਸਹੀ ਮਦਦ ਜਾਂ ਸਹੀ ਹੈਲਪ ਹੋ ਸਕੇ। ਜਦ ਤੱਕ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਨਹੀਂ ਕਰਦੇ ਜਾਂ ਮਿਹਨਤ ਨਹੀਂ ਕਰਦੇ ਕਿ ਉਦੋਂ ਤੱਕ ਕੁਛ ਨਹੀਂ ਹੋ ਸਕਦਾ ਹੈਗਾ। ਜੇ ਤੁਸੀਂ ਚਾਹੁੰਦੇ ਹਾਂ ਕਿ ਤੁਹਾਡੀ ਲਾਈਫ ਦੇ ਵਿੱਚ ਰਾਈਟ ਸਟਰੋਂਗ ਐਨਰਜੀ ਆਵੇ ਜਾਂ ਪੋਜ਼ਿਟਿਵ ਐਨਰਜੀ ਆਵੇ, ਤੁਹਾਨੂੰ ਆਪਣੇ ਵੱਲੋਂ ਸਹੀ ਮਿਹਨਤ, ਸਹੀ ਕੋਸ਼ਿਸ਼ ਕਰਨੀ ਹੀ ਪਊਗੀ ਕਿ ਜਿਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਹੀ ਚੇਂਜ ਲੈ ਕੇ ਆ ਸਕੋ ਜਿਹੜੀ ਆਉਣੀ ਚਾਹੀਦੀ ਆ। ਜੇ ਤੁਸੀਂ ਉੱਦਾਂ ਹੀ ਹੱਥ ਦੇ ਹੱਥ ਧਰ ਕੇ ਬੈਠੇ ਰਹੋਗੇ, ਸੋਚੀ ਜਾਓਗੇ ਕਿ ਆਪਣੇ ਆਪ ਕੁਛ ਨਾ ਕੁਛ ਬਣ ਜੂਗਾ, ਕੁਛ ਨਾ ਕੁਛ ਹੋ ਜੂਗਾ, ਅਤੇ ਆਪਣੇ ਆਪ ਕੁਛ ਨਹੀਂ ਹੁੰਦਾ ਹੈਗਾ। ਜੇ ਤੁਸੀਂ ਵੇਟ ਕਰੀ ਜਾਓਗੇ ਕਿ ਇੱਕ ਨਾ ਇੱਕ ਦਿਨ ਕਿਸਮਤ ਬਦਲੂਗੀ, ਦੈਨ ਦੋਜ਼ ਆਰ ਦ ਸੋਰਟ ਆਫ ਪੀਪਲ ਦੈਟ ਐਂਡ ਅਪ ਇਨ ਫੇਲੀਅਰਸ। ਜੇ ਤੁਸੀਂ ਕੁਛ ਕਰਾਂਗੇ ਤਾਂ ਹੀ ਕੁਛ ਬਣੂਗਾ, ਤਾਂ ਹੀ ਕੁਛ ਹੋਊਗਾ। ਸੋਚੋ ਇਹਦੇ ਬਾਰੇ ਥੋੜ੍ਹਾ ਜਿਹਾ। ਸਿੱਧਾ ਚੱਲਦੇ ਸੀ ਆਪਣੇ ਅੱਜ ਦੇ ਪਹਿਲੇ ਲੱਕੀ ਕਾਲਰ ਦੇ ਕੋਲ। ਹੈਲੋ ਜੀ। ਹੈਲੋ, ਹਾਂਜੀ, ਹਾਂ, ਕਿਨ ਹੈ ਹੋਪ ਹੀ ਤੁਸੀਂ ਕਿਦਾਂ ਆਰਤੀ? ਠੀਕ ਹੀ ਹਾਂ? ਹਾਂਜੀ, ਠੀਕ ਹੈ ਜੀ। ਹਾਂਜੀ ਆਰਤੀ, ਅਸੀਂ ਮਤਲਬ ਵੀ ਅਸੀਂ ਘਰ ਲੈਣਾ ਸੀ, ਉਹਦੇ ਬਾਰੇ ਪੁੱਛਣਾ ਚਾਹੁੰਦੇ ਆ। ਅੱਛਾ, ਓਕੇ, ਤੇ ਤੁਸੀਂ ਮੈਨੂੰ ਇਹ ਦੱਸੋ ਕਿ ਘਰ ਤੁਸੀਂ ਪਹਿਲਾਂ ਘਰ ਲੈਣਾ ਹੈ ਆਪਣਾ ਜਾਂ ਨਹੀਂ, ਜਿੱਦਾਂ ਮਤਲਬ। ਹੈਲੋ ਹੈਲੋ, ਹਾਂਜੀ, ਤੁਸੀਂ ਆਪਣਾ ਪਹਿਲਾਂ ਘਰ ਲੈਣਾ ਹੈ? ਨਹੀਂ, ਪਹਿਲਾਂ ਨਹੀਂ ਹੈਗਾ, ਉੱਦਾਂ ਤਾਂ ਜਿੱਦਾਂ 3-4 ਘਰ ਹੈਗੇ ਆ, ਜਿੱਦਾਂ ਸਾਡੀ ਸ਼ੋਪ ਦੇ ਨਾਲ ਦਾ ਘਰ ਛੱਡ ਕੇ ਉੱਥੇ ਅਗਲਾ ਆ। ਅੱਛਾ, ਓਕੇ ਓਕੇ, ਤੇ ਤੁਸੀਂ ਇਹ ਆਪਣੇ ਨਾਮ ਤੇ ਲੈਣਾ ਸੀਗਾ ਜਾਂ ਜੁਆਇੰਟ ਲੈਣਾ ਸੀਗਾ ਜੀ? ਜਿੱਦਾਂ ਮੈਂ ਤਾਂ ਮੇਰੇ ਹਸਬੰਡ ਅਸੀਂ ਇਕੱਠੇ ਲੈਂਦੇ ਆ। ਓ ਓਕੇ ਓਕੇ, ਮੈਂ ਹੁਣੇ ਥੱਲੇ ਚੈੱਕ ਕਰਦੀ। ਤੇ ਨੰਬਰ ਕੀ ਆ ਘਰ ਦਾ, ਡੋਰ ਦਾ? 82 ਆਰਤੀ। ਅੱਛਾ ਜੀ, ਅੱਛਾ, ਓਕੇ, ਤੁਸੀਂ ਇਹਦਾ ਕਹਿੰਦਾ ਇਹੀ ਤੁਸੀਂ ਉੱਥੇ ਰਹਿਣਾ ਜਾਂ ਤੁਸੀਂ ਕਿਰਾਏ 'ਤੇ ਚਾੜਨਾ? ਓਕੇ ਓਕੇ, ਫਿਰ ਠੀਕ ਹੈ, ਤੁਸੀਂ ਇੱਦਾਂ ਕਰਨਾ, ਇਹੀ ਗੱਲ ਤੁਸੀਂ ਮਨ 'ਚ ਰੱਖੋ। ਮੈਨੂੰ ਸਟੋਪ ਕਹਿ ਦੇਣਾ, ਮੈਂ ਕਾਰਡ ਸਿੱਖ ਕੇ ਤੁਹਾਨੂੰ ਦੱਸ ਦਿੰਦੀ ਹਾਂ। ਸ਼ੁਰੂ ਕਰਦੀ ਹਾਂ ਜੀ। ਅੱਛਾ ਜੀ, ਆਹ ਹੋ ਗਿਆ ਤੇਰਾ ਪਹਿਲਾ ਕਾਰਡ। ਇੱਕ ਵਾਰੀ ਹੋਰ ਕਹਿ ਦੇਣਾ ਪਲੀਜ਼। ਅੱਛਾ ਜੀ, ਆਹ ਹੋ ਗਿਆ ਤੇਰਾ ਦੂਸਰਾ ਕਾਰਡ, ਤੇ ਇੱਕ ਵਾਰੀ ਹੋਰ ਕਹਿ ਦੇਣਾ ਪਲੀਜ਼।
ਅੱਛਾ ਜੀ ਓਕੇ ਤੁਹਾਡੇ ਤਿੰਨ ਕਾਰਡ ਮੈਂ ਤਾਂ ਕਰਦੀ ਹਾਂ ਐਕਸਟਰਾ ਕਾਰਡਸ ਵੀ ਕਰਦੀ ਕਿ ਡੀਟੇਲ 'ਚ ਦੱਸ ਸਕਾਂ ਸੈਕਿੰਡ ਹਾਂਜੀ ਮੈਂ ਤੁਹਾਡੇ ਕਾਰਡਸ ਕੱਢ ਲਏ ਹੁਣ ਬਸ ਮੈਂ ਚੈੱਕ ਕਰਦੀ ਤੁਹਾਡੇ ਲਈ ਕੀ ਆਉਂਦਾ ਓਕੇ ਦੇਖੋ ਜਿਸ ਹਿਸਾਬ ਦੇ ਨਾਲ ਕਾਰਡਸ ਆਏ ਹੈਗੇ ਨਾ ਮੈਂ ਇੰਨੀ ਚੀਜ਼ ਤੁਹਾਨੂੰ ਜ਼ਰੂਰ ਕਹੂੰਗੀ ਕਿ ਬਹੁਤ ਹੀ ਪੋਜ਼ਿਟਿਵ ਮੂਵ ਆ ਅੱਛੀ ਚੀਜ਼ ਆ ਕਿ ਤੁਸੀਂ ਇਹ ਜਗ੍ਹਾ ਲੈ ਰਹੇ ਹਾਂ ਪਰ ਨਾ ਮੈਂ ਇਹ ਤੁਹਾਨੂੰ ਕਹੂੰਗੀ ਕਿ ਤੁਸੀਂ ਤਾਂ ਕਦੇ ਰਹੀਓ ਨਾ ਨਾ ਆਪਾਂ ਨੇ ਖੁਦ ਨਹੀਂ ਇੱਥੇ ਕਦੇ ਰਹਿਣਾ ਲਾਈਕ ਹਮੇਸ਼ਾ ਜੇ ਤੁਸੀਂ ਕਿਰਾਏ 'ਤੇ ਦੇਣਾ ਹੈਗਾ ਜਾਂ ਤੁਸੀਂ ਉਹਨੂੰ ਥੋੜ੍ਹਾ ਜਿਹਾ ਬਣਾ ਕੇ ਥੋੜ੍ਹੀ ਦੇਰ ਬਾਅਦ ਤੁਸੀਂ ਵੇਚਣਾ ਚਾਹੁੰਦੇ ਹਾਂ ਉਹ ਵੀ ਠੀਕ ਆ ਜਾਂ ਕਿਰਾਏ 'ਤੇ ਦੇਣਾ ਵੀ ਠੀਕ ਆ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਆਪਾਂ ਨੇ ਇੱਥੇ ਰਹਿਣਾ ਨਹੀਂ ਨਾ ਇਹ ਤਾਂ ਤੁਸੀਂ ਜ਼ਰੂਰ ਖਿਆਲ ਰੱਖਣਾ ਹੈਗਾ ਆ ਉਹਦੇ ਨਾਲ ਫਿਰ ਤੁਹਾਡੀ ਸਹੀ ਹੈਲਪ ਹੋਊਗੀ ਸਹੀ ਮਦਦ ਹੋਊਗੀ ਜੇ ਤੁਸੀਂ ਔਲਰੇਡੀ ਔਫਰ ਜਿੱਦਾਂ ਪਾ ਚੁੱਕੇ ਹੈਗੇ ਆ ਜਾਂ ਗੱਲ ਕਰ ਚੁੱਕੇ ਆ ਅੱਛੀ ਗੱਲ ਹੈਗੀ ਆ ਜਿਹੜੀ ਵੀ ਤੁਸੀਂ ਕੋਈ ਗੱਲ ਕਰਨੀ ਆ ਔਫਰ ਪਾਉਣੀ ਆ ਐਸੀ ਮਈ ਦੇ ਮਹੀਨੇ 'ਚ ਹੀ ਪਾ ਲਓ ਜਾਂ ਐਸੀ ਮਹੀਨੇ 'ਚ ਤੁਸੀਂ ਸ਼ੁਰੂ ਕਰ ਲਓ ਗੱਲ ਤਾਂ ਕਿ ਤੁਹਾਡੇ ਲਈ ਬਹੁਤ ਪੋਜ਼ਿਟਿਵ ਰਹੇ ਬਸ ਇਸ ਚੀਜ਼ ਦਾ ਆਪਾਂ ਨੇ ਖਿਆਲ ਰੱਖਣਾ ਧਿਆਨ ਰੱਖਣਾ ਕਿ ਜਿਸ ਦਿਨ ਅਸੀਂ ਜਦੋਂ ਚਾਬੀਆਂ ਲੈਣੀਆਂ ਹੈਗੀਆਂ ਆ ਜੇ ਉਹ ਥਰਸਡੇ ਦਾ ਦਿਨ ਹੋਵੇ ਨਾ ਸਭ ਤੋਂ ਬੈਸਟ ਆ ਕਿ ਉਹਦੇ ਨਾਲ ਹੋਰ ਬਰਕਤ ਆਊਗੀ ਕਿ ਜੇ ਸਾਡੇ ਕੋਲ ਕੋਈ ਕਿਰਾਏਦਾਰ ਵੀ ਆਉਣ ਜਾਂ ਕੋਈ ਘਰ 'ਚ ਰਹਿਣਾ ਹੋਵੇ ਕਿ ਉਹ ਤੋਂ ਜਦੋਂ ਸਾਡੇ ਉਹਨਾਂ ਨਾਲ ਕੋਈ ਅਨਬਣ ਨਾ ਹੋਵੇ ਕਿ ਸਾਰੇ ਖੁਸ਼ ਖੁਸ਼ ਹੈਪੀ ਰਹਿਣ ਅਤੇ ਪਰਮਾਤਮਾ ਦੀ ਮਿਹਰ ਨਾਲ ਸਾਡੇ ਕੰਮ ਜਦੋਂ ਸਹੀ ਬਣ ਜਾਣ ਜਾਂ ਠੀਕ ਹੋ ਜਾਣ ਉਹ ਸਾਡੇ ਲਈ ਜ਼ਿਆਦਾ ਪੋਜ਼ਿਟਿਵ ਰਹੂਗਾ ਪਰ ਜਦ ਤੱਕ ਉੱਥੇ ਤੁਸੀਂ ਖੁਦ ਨਹੀਂ ਰਹਿੰਦੇ ਜਾਂ ਕੋਈ ਫੈਮਿਲੀ ਮੈਂਬਰ ਖੁਦ ਨਹੀਂ ਰਹਿੰਦਾ ਉਦੋਂ ਤੱਕ ਦੇ ਲਈ ਇਹ ਜਗ੍ਹਾ ਠੀਕ ਰਹੂਗੀ ਜੇ ਆਪਾਂ ਇੱਥੇ ਖੁਦ ਰਹਿੰਦੇ ਹਾਂ ਹੋ ਸਕਦਾ ਕਿ ਫੈਮਿਲੀ 'ਚ ਕੋਈ ਅਨਬਣ ਹੋ ਜਾਵੇ ਕੋਈ ਦਰਾਰ ਪੈ ਜਾਵੇ ਜੋ ਨਹੀਂ ਹੋਣਾ ਚਾਹੀਦਾ ਇਹਨੇ ਬਸ ਐਸੀ ਚੀਜ਼ ਆਪਾਂ ਨੇ ਖਿਆਲ ਰੱਖਣਾ ਬਾਕੀ ਤੁਸੀਂ ਪਰਮਾਤਮਾ ਦਾ ਨਾਮ ਲੈ ਕੇ ਤੁਸੀਂ ਸ਼ੁਰੂ ਕਰੋ ਇਹਨਾਂ ਨਾਲ ਗੱਲ ਸਭ ਕੁਝ ਅੱਛਾ ਹੀ ਹੋਣਾ ਚਾਹੀਦਾ ਆ ਨਾ ਮੈਂ ਡੈਫੀਨੇਟਲੀ ਪ੍ਰੇ ਕਰੂੰਗੀ ਕਿ ਪਰਮਾਤਮਾ ਸਭ ਕੁਝ ਅੱਛਾ ਹੀ ਰੱਖੇ ਬਹੁਤ ਹੀ ਜਿੱਦਾਂ ਅੱਛੀ ਇਨਵੈਸਟਮੈਂਟ ਹੋਊਗੀ ਕਿਉਂਕਿ ਜਿਸ ਹਿਸਾਬ ਨਾਲ ਤੁਹਾਡੀ ਲੱਕ ਆ ਰਹੀ ਹੈ ਜਾਂ ਤੁਹਾਡੀ ਐਨਰਜੀ ਆ ਰਹੀ ਆ ਤੁਹਾਡੇ ਲਈ ਅਤੇ ਤੁਹਾਡੇ ਹਸਬੈਂਡ ਦੇ ਲਈ ਪਤਾ ਲੱਗ ਰਿਹਾ ਕਿ ਜਾਂ ਤਾਂ ਤੁਸੀਂ ਕੋਈ ਹੋਰ ਲੈਂਡ ਜਾਂ ਕੋਈ ਹੋਰ ਪ੍ਰੋਪਰਟੀ ਲਉਂਗੇ ਜੇ ਤੁਸੀਂ ਆਲਰੇਡੀ ਆ ਸਟੈਪ ਨਹੀਂ ਲਿੱਤਾ ਅੱਗੇ ਜਾ ਕੇ ਇਹ ਵੀ ਮੈਨੂੰ ਨਜ਼ਰ ਆ ਰਿਹਾ ਕਿ ਜਿੱਦਾਂ ਤੁਹਾਡੀ ਲੱਕ ਹੈਗੀ ਆ ਕਿ ਤੁਸੀਂ ਹੋ ਸਕਦਾ ਕਿ ਜਦੋਂ ਕੋਈ ਜ਼ਮੀਨ ਲੈ ਕੇ ਨਾ ਉੱਥੇ ਕੁਝ ਬਣਵਾਓ ਨਾ ਉਹ ਵੀ ਤੁਹਾਡੇ ਲਈ ਉਹ ਆ ਰਿਹਾ ਹੈਗਾ ਜਿੱਦਾਂ ਹੋ ਸਕਦਾ ਕਿ ਇਸ ਵੇਲੇ ਮਨ 'ਚ ਕੋਈ ਗੱਲ ਨਾ ਹੋਵੇ ਕੋਈ ਪਲੈਨਿੰਗ ਨਾ ਹੋਵੇ ਪਰ ਜਦੋਂ ਪਰਮਾਤਮਾ ਕਈ ਵਾਰੀ ਵਿਧਨਾ ਹੀ ਇੱਦਾਂ ਦੀ ਬਣਾ ਦਿੰਦਾ ਨਾ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਇੱਕ ਦੇ ਬਾਅਦ ਦੂਸਰਾ ਸਟੈਪ ਆਟੋਮੈਟਿਕਲੀ ਲਈ ਜਾਂਦੇ ਹਾਂ ਉੱਦਾਂ ਦੀ ਗੱਲ ਹੋ ਜਾਣੀ ਹੈਗੀ ਹੈ ਕਿ ਤੁਸੀਂ ਕੋਈ ਜਗ੍ਹਾ ਲੈ ਕੇ ਤੁਸੀਂ ਉੱਥੇ ਕੁਛ ਬਣਵਾਓਗੇ ਵੀ ਉਹ ਵੀ ਤੁਹਾਡੇ ਲਈ ਕਾਫੀ ਜਿੱਦਾਂ ਅੱਛਾ ਰਹੂਗਾ ਪਰ ਪੋਜ਼ਿਟਿਵ ਸਟੈਪ ਆ ਆਈ ਵਿਸ਼ ਯੂ ਐਵਰੀ ਸਕਸੈਸ ਹੈ ਨਾ ਤਾਂ ਨਹੀਂ ਨਹੀਂ ਜਦ ਤੱਕ ਤੁਸੀਂ ਉੱਥੇ ਖੁਦ ਨਹੀਂ ਨਾ ਰਹਿੰਦੇ ਹੈਗੇ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਇਹ ਚੀਜ਼ ਆ ਕਿ ਉੱਥੇ ਜਿੱਦਾਂ ਆਪਾਂ ਨੇ ਜਿੱਦਾਂ ਸਾਡੀ ਫੈਮਿਲੀ ਨਾ ਰਹੇ ਜਾਂ ਸਾਡੇ ਫੈਮਿਲੀ ਮੈਂਬਰਸ ਨਾ ਉੱਥੇ ਹੋਣ ਹੈ ਨਾ ਉਹ ਚੀਜ਼ ਆ ਪਰ ਜੇ ਅਸੀਂ ਉੱਦਾਂ ਅਸੀਂ ਇਹ ਸੋਚ ਕੇ ਲੈਂਦੇ ਹੈਗੇ ਕਿ ਜਿੱਦਾਂ ਕੋਈ ਕਮਰਸ਼ੀਅਲ ਜਿੱਦਾਂ ਜਗ੍ਹਾ ਹੁੰਦੀ ਹੈਗੀ ਕਿ ਜਿਹੜੀ ਅਸੀਂ ਜਿੱਦਾਂ ਕਿਰਾਏ 'ਤੇ ਹੀ ਦੇਣੀ ਹੈਗੀ ਆ ਹੈ ਨਾ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜਦ ਤੱਕ ਅਸੀਂ ਉੱਥੇ ਰਹਿੰਦੇ ਨਹੀਂ ਪਰ ਰਹਿਣਾ ਤੁਹਾਡੇ ਲਈ ਠੀਕ ਨਹੀਂ ਰਹੂਗਾ ਇਹਦਾ ਬਹੁਤ ਆਪਾਂ ਨੇ ਖਿਆਲ ਰੱਖਣਾ ਪਰ ਕਿਉਂਕਿ ਘਰ ਤੋਂ ਜ਼ਿਆਦਾ ਦੂਰ ਨਹੀਂ ਹੈਗੀ ਫਿਰ ਇੱਦਾਂ ਦਾ ਵੀ ਕੋਈ ਸਵਾਲ ਹੀ ਨਹੀਂ ਉੱਠਦਾ ਹੈਗਾ ਕਿ ਜਿੱਦਾਂ ਸਾਨੂੰ ਇੱਕ ਰਾਤ ਜਾਂ ਦੋ ਰਾਤ ਉੱਥੇ ਰਹਿਣਾ ਪਵੇ ਕੋਈ ਹੈ ਨਾ ਕਿਉਂਕਿ ਕੋਈ ਰੀਜ਼ਨ ਹੀ ਨਹੀਂ ਬਣਦਾ ਹੈਗਾ ਅੱਛਾ ਹੀ ਰਹੂਗਾ ਏਦਾਂ ਨਾਲੇ ਇਸ ਤਰੀਕੇ ਨਾਲ ਜਿੱਦਾਂ ਅੱਗੇ ਵਧਣਾ ਅੱਗੇ ਜਾਣਾ ਸਾਡੇ ਲਈ ਜਿੱਦਾਂ ਪੋਜ਼ਿਟਿਵ ਹੀ ਆ ਜਿਹਨੇ ਫਿਰ ਮੈਂ ਤੁਹਾਨੂੰ ਕਹੂੰਗੀ ਕਿ ਨਹੀਂ ਗੁੱਡ ਨਿਊਜ਼ ਆ ਫਾਈਨਲੀ ਕੁਛ ਅੱਛਾ ਹੋ ਰਿਹਾ ਹੈਗਾ ਆ ਤੇ ਸਾਨੂੰ ਇਹ ਗੁੱਡ ਨਿਊਜ਼ ਸੈਲੀਬ੍ਰੇਟ ਕਰਨੀ ਚਾਹੀਦੀ ਆ ਅੱਛੀ ਚੀਜ਼ ਹੈਗੀ ਹੈ ਕਿ ਬਸ ਪਰਮਾਤਮਾ ਕਰੇ ਕਿ ਫੈਮਿਲੀ 'ਚ ਸੁਖੀ ਰਵੇ ਤੇ ਹੁਣ ਕੰਮ ਪੂਰੇ ਹੀ ਹੋਣ ਸਾਰੇ ਹੈ ਨਾ ਤੁਸੀਂ ਮੈਂ ਵੀ ਤੁਹਾਡੇ ਲਈ ਅਰਦਾਸ ਕਰੂੰਗੀ ਪ੍ਰੇ ਕਰੂੰਗੀ ਤੁਸੀਂ ਵੀ ਪਰਮਾਤਮਾ ਅੱਗੇ ਇਹੀ ਬੇਨਤੀ ਰੱਖਿਓ ਆਪਣੀ ਇਹੀ ਮੱਥਾ ਟੇਕਿਓ ਕਿ ਰੱਬਾ ਹੁਣ ਤੂੰ ਹੀ ਸਾਰਾ ਕੁਛ ਠੀਕ ਕਰਨਾ ਆ ਹੈ ਨਾ ਅੱਛਾ ਹੋਰ ਵੀ ਅੱਛਾ ਬਹੁਤ ਅੱਛਾ ਹੋ ਜੇ ਹੋਰ ਹੋਣਾ ਹੈਗਾ ਆ ਕਿਉਂਕਿ ਨੋਰਮਲੀ ਇੱਦਾਂ ਹੁੰਦਾ ਹੈ ਕਿ ਸਾਡੇ ਰਸਤੇ ਖੁੱਲ੍ਹਦੇ ਆ ਸਾਡੇ ਕੋਲ ਹੋਰ ਚਾਂਸ ਮਿਲਦੇ ਆ ਹੋਰ ਮੌਕੇ ਮਿਲਦੇ ਆ ਕਿ ਅਸੀਂ ਹੋਰ ਵਧੀਏ ਅਸੀਂ ਹੋਰ ਅੱਗੇ ਜਾਈਏ ਕਈ ਵਾਰੀ ਸਾਡੇ ਮਨ 'ਚ ਨਹੀਂ ਹੁੰਦਾ ਹੈਗਾ ਪਰ ਪਰਮਾਤਮਾ ਨੇ ਜੋ ਸਾਡੇ ਲਈ ਪਲੈਨਿੰਗ ਕੀਤੀ ਆ ਉਹਨੇ ਤਾਂ ਉਹ ਕੰਮ ਤਾਂ ਪੂਰਾ ਕਰਨਾ ਹੀ ਆ ਆਪਣਾ ਹੈ ਨਾ ਅਤੇ ਜੋ ਪਿੱਛੇ ਉਹ ਤੋਂ ਸਾਡਾ ਜੋ ਕੁਛ ਰੁਕਾਵਟਾਂ ਆਈਆਂ ਹੋਈਆਂ ਸੀਗੀਆਂ ਜਾਂ ਬਲੋਕੇਜ ਸੀਗੀਆਂ ਹੁਣ ਉੱਥੋਂ ਸਾਡੀ ਜਿੱਦਾਂ ਇਨਕਮ ਵਧਣੀ ਸ਼ੁਰੂ ਹੋਣੀ ਹੈਗੀ ਆ ਕਿਉਂਕਿ ਫਿਰ ਤੁਹਾਨੂੰ ਇੱਦਾਂ ਵੀ ਹੋਊਗਾ ਕਿ ਜੇ ਅਸੀਂ ਕਿਸੇ ਤੋਂ ਪੈਸੇ ਲੈਣੇ ਸੀਗੇ ਹਜੇ ਤੱਕ ਨਹੀਂ ਮਿਲੇ ਉਹ ਵੀ ਸਾਨੂੰ ਮਿਲਣੇ ਚਾਹੀਦੇ ਆ ਪਰ ਪੈਸੇ ਆਉਣ ਦੇ ਪੈਸੇ ਵਧਣ ਦੇ ਰਸਤੇ ਖੁੱਲ੍ਹਣੇ ਚਾਹੀਦੇ ਹੈਗੇ ਆ ਜਿਹਨੇ ਦੋ ਮੇਨ ਚੀਜ਼ਾਂ ਹੁੰਦੀਆਂ ਹੈਗੀਆਂ ਲਾਈਕ ਲਾਈਫ 'ਚ ਵੈਸੇ ਤਿੰਨ ਮੇਨ ਹੁੰਦੀਆਂ ਹੈਗੀਆਂ ਕਿ ਇੱਕ ਤਾਂ ਸਾਡੀ ਫੈਮਿਲੀ ਕਲੋਸ ਰਹੇ ਉਹ ਸਭ ਤੋਂ ਇੰਪੋਰਟੈਂਟ ਆ ਸਾਡੀ ਸਿਹਤ ਠੀਕ ਰਹੇ ਅਤੇ ਸਾਡੀ ਫਾਈਨੈਂਸਿਸ ਠੀਕ ਰਹਿਣ ਜੇ ਆਹ ਤਿੰਨ ਚੀਜ਼ਾਂ ਠੀਕ ਆ ਫਿਰ ਅਸੀਂ ਬਾਕੀ ਦਾ ਤਾਂ ਐਡਜਸਟ ਕਰ ਹੀ ਲਉਂਗੇ ਜਿਹਨੇ ਪਰ ਇਹਨਾਂ ਦਾ ਮੇਨ ਆ ਬਸ ਫੈਮਿਲੀ ਕਲੋਸ ਹੋਵੇ
ਸਾਡੀਆਂ ਸਾਰਿਆਂ ਦੀਆਂ ਸਿਹਤਾਂ ਠੀਕ ਰਹਿਣ ਅਤੇ ਬਾਕੀ ਸਾਡੇ ਫਾਈਨੈਂਸਿਸ ਸਟਰੋਂਗ ਰਹਿਣ, ਫਿਰ ਬਾਕੀ ਤਾਂ ਕਿਸੇ ਚੀਜ਼ ਦਾ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ। ਬਾਕੀ ਇਨਸਾਨ ਦਾ ਤੁਹਾਨੂੰ ਪਤਾ ਹੀ ਆ, ਅਸੀਂ ਕਾਫੀ ਲਾਲਚੀ ਹੁੰਦੇ ਹਾਂ, ਸਾਡੇ ਲਾਲਚ ਵਧੀ ਜਾਂਦੇ ਹੈਗੇ ਆ ਇਹਨੇ, ਪਰ ਤੁਸੀਂ ਇੱਦਾਂ ਦੀ ਫੈਮਿਲੀ ਨਹੀਂ ਹੈਗੇ, ਫਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਪਰਮਾਤਮਾ ਸਭ ਕੁਝ ਅੱਛਾ ਹੀ ਕਰੂਗਾ। ਹਾਂ, ਮੈਂ ਜ਼ਰੂਰ ਕਰੂੰਗੀ, ਜ਼ਰੂਰ ਕਰੂੰਗੀ, ਤੁਸੀਂ ਬਿਲਕੁਲ ਫਿਕਰ ਨਾ ਕਰੋ। ਪਰਮਾਤਮਾ ਨੇ ਹਜੇ ਹੋਰ ਤੁਹਾਨੂੰ ਬਹੁਤ ਅੱਛੇ ਟਾਈਮ ਦਿਖਾਉਣੇ ਹੈਗੇ ਆ, ਮੈਂ ਕਹੂੰਗੀ ਤਾਂ ਸਿਰਫ ਸਟਾਰਟ ਆ, ਅੱਗੇ ਜਾ ਕੇ ਹਜੇ ਕੁਛ ਬਹੁਤ ਕੁਛ ਅੱਛਾ ਹੋਣਾ ਹੈਗਾ ਆ। ਜਿੱਦਾਂ ਆਪਾਂ ਨੂੰ ਜਿੱਦਾਂ ਤੁਹਾਨੂੰ ਮਤਲਬ ਵੀ ਦੱਸਦਾ ਆ ਵੀ ਇਸ ਸਾਲ ਹੋ ਜਾਊਗਾ ਕਿਸੇ ਬੱਚੇ ਦਾ ਵਿਆਹ, ਐਸਾ ਤਾਂ ਸਰ ਘਰ ਖੁਸ਼ੀਆਂ ਤਾਂ ਬਹੁਤ ਆਉਣੀਆਂ ਹੈਗੀਆਂ ਆ ਨਾ ਸਰ, ਉਹ ਤਾਂ ਲਾਈਕ ਗੁੱਡ ਨਿਊਜ਼ ਹੈਗੀ ਆ। ਪਰ ਮੈਂ ਇਹ ਤੁਹਾਨੂੰ ਜ਼ਰੂਰ ਕਹੂੰਗੀ ਕਿ ਜਿੱਦਾਂ ਕਿ ਜਦੋਂ ਤੁਸੀਂ ਔਫਰ ਵੀ ਗੱਲ ਕੀਤੀ ਸੀਗੀ ਨਾ ਕਿ ਆਪਣੇ ਜਦੋਂ ਜ਼ਿਆਦਾ ਲੋਕਾਂ ਨੂੰ ਦੱਸਣਾ ਨਹੀਂ ਹੈਗਾ ਹੈ ਨਾ, ਜਿੱਦਾਂ ਜਿੰਨਾ ਅਸੀਂ ਕੁਆਇਟਲੀ ਕਰ ਲਈਏ ਓਨਾ ਹੀ ਵਧੀਆ ਆ ਹੈ ਨਾ, ਇਹਦਾ ਤੁਸੀਂ ਬਸ ਖਿਆਲ ਰੱਖਣਾ ਹੈਗਾ, ਆਪਣਾ ਜ਼ਿਆਦਾ ਦੱਸਣਾ ਨਹੀਂ ਹੈਗਾ, ਜਦੋਂ ਬਾਅਦ 'ਚ ਹੋ ਗਿਆ ਫਿਰ ਕਹਿ ਦੇਣਾ ਕਿ ਹਾਂ ਚਲੋ ਹੋ ਗਿਆ ਬੱਚਿਆਂ ਦਾ ਇਹਨੇ, ਪਰ ਆਪਾਂ ਨੇ ਇਸ ਵੇਲੇ ਕੁਆਇਟ ਹੀ ਰਹਿਣਾ ਆ, ਉਹ ਬੈਟਰ ਰਹੂਗਾ। ਘਰ ਦਾ ਵੀ ਜਾਂ ਜ਼ਮੀਨ ਦਾ ਵੀ ਆਪਾਂ ਨੇ ਕੋਈ ਅਸੀਂ ਸਟੈਪ ਲੈਣਾ ਜਾਂ ਕੋਈ ਵੀ ਕੰਮ ਕਰਨਾ ਹੈ ਨਾ, ਕੁਆਇਟ ਰਹਿ ਕੇ ਕਰਨਾ ਕਿ ਜਦੋਂ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਇਹਨਾਂ ਨੇ ਆ ਜਗ੍ਹਾ ਲਿੱਤੀ ਆ ਹੈ ਨਾ, ਇੰਨਾ ਤੁਸੀਂ ਜਦੋਂ ਅਸੀਂ ਸ਼ਾਂਤੀ ਨਾਲ ਕਰਾਂਗੇ ਤਾਂ ਉਹ ਬੈਟਰ ਰਹੂਗਾ ਹੈ ਨਾ, ਉਹ ਸਾਡੇ ਜ਼ਿਆਦਾ ਅੱਛਾ ਰਹੂਗਾ। ਬਾਕੀ ਡੈਫੀਨੇਟਲੀ ਜੇ ਕੋਈ ਹੋਰ ਗੱਲ ਹੋਈ ਹੈ, ਕੁਛ ਵੀ ਹੋਇਆ, ਡੈਫੀਨੇਟਲੀ ਮੇਰੇ ਨਾਲ ਔਫਰ ਗੱਲ ਕਰ ਲੈਣਾ, ਆਮ ਜਿੰਨੀ ਵੀ ਮੇਰੇ ਕੋਲ ਹੋ ਸਕੇ ਮੈਂ ਤੇਰੀ ਹੈਲਪ ਜ਼ਰੂਰ ਕਰੂੰਗੀ ਹੈ ਨਾ। ਥੈਂਕ ਯੂ ਸੋ ਮੱਚ, ਥੈਂਕ ਯੂ, ਬਾਏ। ਅਤੇ ਰੱਬ ਕਰੇ ਕਿ ਇਹਨਾਂ ਦੇ ਘਰ ਦੇ ਵਿੱਚ ਬਹੁਤ ਖੁਸ਼ੀਆਂ ਆਉਣ, ਜੋ ਵੀ ਇਹਨਾਂ ਦੀ ਮਨ ਦੀ ਤਮੰਨਾ ਹੈਗੀ ਹੈ, ਜੋ ਵੀ ਇਹਨਾਂ ਦੀ ਮਨ ਦੀ ਮੁਰਾਦ ਆ, ਪਰਮਾਤਮਾ ਜ਼ਰੂਰ ਪੂਰੀ ਕਰੇ। ਦੇਖੋ ਬਹੁਤ ਘੱਟ ਇੱਦਾਂ ਦੇ ਲੋਕ ਮਿਲਦੇ ਹੈਗੇ ਆ ਕਿ ਜਿਹੜੇ ਦਿਲ ਦੇ ਸਾਫ਼ ਹੁੰਦੇ ਆ, ਦਿਲ ਦੇ ਅੱਛੇ ਹੁੰਦੇ ਆ, ਐਂਡ ਸ਼ੀ ਇਜ਼ ਵਨ ਆਫ ਦਮ। ਇਹਨਾਂ ਦਾ ਮਨ ਬਹੁਤ ਸ਼ੁੱਧ ਆ, ਬਹੁਤ ਸਾਫ਼ ਆ, ਬਹੁਤ ਅੱਛਾ ਆ। ਪਰ ਮੈਂ ਇੱਕ ਚੀਜ਼ ਤੁਹਾਨੂੰ ਸਾਨੂੰ ਜ਼ਰੂਰ ਕਹਿਣਾ ਚਾਹੂੰਗੀ ਇਹਨੇ ਕਿ ਜੇ ਅਸੀਂ ਆਪਣੇ ਵੱਲੋਂ ਸਹੀ ਮਿਹਨਤ ਕਰੀਏ, ਸਹੀ ਕੋਸ਼ਿਸ਼ ਕਰੀਏ, ਤੇ ਨਥਿੰਗ ਇਜ਼ ਇੰਪੋਸੀਬਲ ਇਨ ਲਾਈਫ। ਅਸੀਂ ਕੁਛ ਵੀ ਕਰ ਸਕਦੇ ਹੈਗੇ ਹਾਂ। ਅਸੀਂ ਆਪਣੀ ਲਾਈਫ ਨੂੰ ਜਿੰਨਾ ਪਾਵਰਫੁਲ, ਜਿੰਨਾ ਸਟਰੋਂਗ ਬਣਾਉਣਾ ਚਾਹੁੰਦੇ ਹੈਗੇ ਹਾਂ, ਅਸੀਂ ਉਹਨੂੰ ਓਨਾ ਸਟਰੋਂਗ ਬਣਾ ਸਕਦੇ ਹੈਗੇ ਹਾਂ। ਪਰ ਜੇ ਅਸੀਂ ਆਪਣੇ ਵੱਲੋਂ ਸਹੀ ਮਿਹਨਤ ਹੀ ਨਹੀਂ ਕਰ ਰਹੇ ਜਾਂ ਸਹੀ ਕੋਸ਼ਿਸ਼ ਹੀ ਨਹੀਂ ਕਰ ਰਹੇ ਹੈਗੇ, ਤੁਸੀਂ ਇਹ ਕਹੀਏ ਕਿ ਸਾਰਾ ਕੁਛ ਆਪਣੇ ਆਪ ਸਹੀ ਹੋ ਜਾਵੇ ਜਾਂ ਆਟੋਮੈਟਿਕਲੀ ਹੋ ਜਾਵੇ, ਤਾਂ ਫਿਰ ਤਾਂ ਗੱਲ ਨਹੀਂ ਬਣਦੀ ਹੈਗੀ। ਸਾਡੇ ਲਈ ਕੋਈ ਸਹੀ ਸਟੈਪ ਲੈਣਾ ਹੀ ਜ਼ਰੂਰੀ ਆ, ਬਿਕੋਜ਼ ਦੈਟਸ ਦਾ ਬੈਸਟ ਵੇ ਫੋਰਵਰਡ। ਪਰ ਜੇ ਆਪਾਂ ਅਸੀਂ ਆਪਣੇ ਵੱਲੋਂ ਸਹੀ ਸਟੈਪ ਨਹੀਂ ਲੈਂਦੇ ਹੈਗੇ, ਜੇ ਅਸੀਂ ਆਪਣੇ ਵੱਲੋਂ ਸਹੀ ਮਿਹਨਤ ਨਹੀਂ ਕਰਦੇ, ਸਹੀ ਕੋਸ਼ਿਸ਼ ਨਹੀਂ ਕਰਦੇ, ਦੈਨ ਹਾਓ ਵੀ ਗੋਇੰਗ ਟੂ ਗਰੋ, ਹਾਓ ਵੀ ਗੋਇੰਗ ਟੂ ਮੂਵ ਫੋਰਵਰਡ। ਜੇ ਆਪਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ, ਅੱਗੇ ਜਾਣਾ ਚਾਹੁੰਦੇ ਹਾਂ, ਉਹਦੇ ਲਈ ਸਾਨੂੰ ਆਪਣੇ ਵੱਲੋਂ ਥੋੜ੍ਹੀ ਬਹੁਤ ਮਿਹਨਤ ਤਾਂ ਕਰਨੀ ਹੀ ਪੈਣੀ ਆ, ਫਿਰ ਹੀ ਕਿਤੇ ਅੱਗੇ ਸਾਡੀ ਲਾਈਫ ਦੇ ਵਿੱਚ ਉਹ ਸਹੀ ਐਨਰਜੀ ਆ ਸਕਦੀ ਆ ਜਿਹੜੀ ਆਉਣੀ ਚਾਹੀਦੀ ਆ। ਪਰ ਜਦ ਤੱਕ ਅਸੀਂ ਆਪਣੇ ਵੱਲੋਂ ਬੋਧ ਨਾ ਕਰੀਏ, ਟਰਾਈ ਨਾ ਕਰੀਏ, ਉਦੋਂ ਤੱਕ ਕੁਛ ਨਹੀਂ ਹੋ ਸਕਦਾ ਹੈਗਾ। ਜੇ ਤੁਸੀਂ ਵੀ ਚਾਹੁੰਦੇ ਆ ਕਿ ਤੁਹਾਡੀ ਐਨਰਜੀ ਦੇ ਵਿੱਚ ਬਦਲਾਵ ਆਵੇ ਜਾਂ ਚੇਂਜ ਆਵੇ ਜਾਂ ਕੁਛ ਵੀ ਥੋੜ੍ਹਾ ਬਹੁਤ ਕੁਛ ਪੋਜ਼ਿਟਿਵ ਹੋਵੇ, ਫਿਰ ਤੁਹਾਨੂੰ ਆਪਣੇ ਵੱਲੋਂ ਮਿਹਨਤ ਕਰਨੀ ਪਊਗੀ, ਕੋਸ਼ਿਸ਼ ਕਰਨੀ ਪਊਗੀ, ਫਿਰ ਹੀ ਕਿਤੇ ਅੱਗੇ ਗੱਲ ਬਣ ਸਕਦੀ ਹੈਗੀ ਆ। ਪਰ ਜਦ ਤੱਕ ਤੁਸੀਂ ਆਪਣੇ ਵੱਲੋਂ ਮਿਹਨਤ ਨਾ ਕਰੋ, ਕੋਸ਼ਿਸ਼ ਨਾ ਕਰੋ, ਕੁਛ ਨਹੀਂ ਹੋ ਸਕਦਾ ਹੈਗਾ। ਜੇ ਤੁਸੀਂ ਮੈਨੂੰ ਵੀ ਕਹਿੰਦੇ ਕਿ ਡਾਕਟਰ ਆਰਤੀ ਸਾਰਾ ਕੁਛ ਠੀਕ ਕਰ ਦੂਗੀ, ਆਈ ਵਿਲ ਟਰਾਈ ਮਾਈ ਬੈਸਟ। ਮੈਂ ਤੁਹਾਨੂੰ ਇਹੀ ਕਹਿ ਸਕਦੀ ਕਿ ਮੈਂ ਆਪਣੇ ਵੱਲੋਂ ਆਪਣੇ ਬੈਸਟ ਟਰਾਈ ਕਰੂੰਗੀ, ਪਰ ਤੁਹਾਨੂੰ ਵੀ ਮਿਹਨਤ ਕਰਨੀ ਪੈਣੀ ਆ। ਇਟਸ ਨੋਟ ਵਨ ਵੇ ਟ੍ਰੈਫਿਕ, ਯੂ ਨੋ, ਇੱਦਾਂ ਨਹੀਂ ਕਿ ਇਕੱਲੀ ਮੈਂ ਮਿਹਨਤ ਕਰੀ ਜਾਵਾਂ ਤਾਂ ਸਾਰਾ ਕੁਛ ਠੀਕ ਹੋ ਜਾਵੇ। ਯੂ ਨੀਡ ਟੂ ਪੁੱਟ ਇਨ ਸਮ ਐਫਰਟ ਟੂ, ਤੁਹਾਡੇ ਵੱਲੋਂ ਵੀ ਕੋਈ ਨਾ ਕੋਈ ਕੰਟਰੀਬਿਊਸ਼ਨ ਚਾਹੀਦਾ ਆ, ਜਾਂ ਮਦਦ ਜਾਂ ਹੈਲਪ ਚਾਹੀਦੀ ਆ। ਯੂ ਨੋ, ਮੈਂ ਆਈ ਕੈਨ ਗਿਵ ਯੂ ਆਲ ਦ ਟੂਲਸ ਦੈਟ ਯੂ ਨੀਡ, ਆਈ ਕੈਨ ਗਿਵ ਯੂ ਅ ਰੋਡ ਮੈਪ, ਪਰ ਜਦ ਤੱਕ ਤੁਸੀਂ ਖੁਦ ਉਸ ਰਸਤੇ 'ਤੇ ਚੱਲਣਾ ਸ਼ੁਰੂ ਨਹੀਂ ਕਰਦੇ, ਤੁਸੀਂ ਆਪਣੀ ਮੰਜ਼ਿਲ 'ਤੇ ਕਿੱਦਾਂ ਪਹੁੰਚਾਂਗੇ? ਜੇ ਤੁਸੀਂ ਆਪਣੀ ਮੰਜ਼ਿਲ 'ਤੇ ਪਹੁੰਚਣਾ ਚਾਹੁੰਦੇ ਆ, ਫਿਰ ਤੁਹਾਨੂੰ ਤੁਰਨਾ ਤਾਂ ਸ਼ੁਰੂ ਕਰਨਾ ਪਊਗਾ ਨਾ। ਯੂ ਨੀਡ ਟੂ ਸਟਾਰਟ ਯੋਰ ਜਰਨੀ, ਪਰ ਜੇ ਆਪਾਂ ਸਟਾਰਟ ਨਹੀਂ ਕਰ ਰਹੇ ਹੈਗੇ, ਹਾਓ ਵੀ ਗੋਇੰਗ ਟੂ ਮੂਵ ਫੋਰਵਰਡ? ਸੋ ਇਸ ਚੀਜ਼ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈਗਾ ਆ। ਬਾਕੀ ਸਭ ਤੋਂ ਇੰਪੋਰਟੈਂਟ ਚੀਜ਼ ਲਾਈਫ ਦੇ ਵਿੱਚ ਇਹ ਹੈਗੀ ਆ, ਵੀ ਨੀਡ ਟੂ ਨੋ, ਵੀ ਨੀਡ ਟੂ ਅੰਡਰਸਟੈਂਡ ਵਾਟ ਵੀ ਡੂਇੰਗ, ਵਾਟਸ ਗੋਇੰਗ ਔਨ। ਕਿੰਨੀ ਵਾਰੀ ਇੱਦਾਂ ਹੁੰਦਾ ਕਿ ਸਾਡੇ ਸਾਹਮਣੇ ਕੋਈ ਓਪਰਚੁਨਿਟੀ ਹੁੰਦੀ ਹੈਗੀ ਆ, ਅਤੇ ਅਸੀਂ ਉਹਨੂੰ ਸਮਝਦੇ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਐਕਚੁਅਲੀ ਇਹ ਹੈ ਕੀ ਚੀਜ਼, ਜਾਂ ਅਸੀਂ ਕਿੱਥੇ ਹਾਂ, ਜਾਂ ਅਸੀਂ ਕੀ ਕਰ ਰਹੇ ਹੈਗੇ, ਵੀ ਡੋਂਟ ਨੋ, ਯੂ ਨੋ। ਅਸੀਂ ਉਸ ਓਪਰਚੁਨਿਟੀ ਨੂੰ ਪ੍ਰੋਪਰਲੀ ਸਮਝਦੇ ਨਹੀਂ ਹੈਗੇ, ਜਾਂ ਅਸੀਂ ਨੂੰ ਪ੍ਰੋਪਰਲੀ ਪਹਿਚਾਣਦੇ ਨਹੀਂ ਹੈਗੇ, ਸਾਨੂੰ ਪਤਾ ਨਹੀਂ ਹੁੰਦਾ ਕਿ ਇਹ ਕੀ ਚੀਜ਼ ਆ, ਜਾਂ ਸਾਡੇ ਲਈ ਅੱਛਾ ਆ ਜਾਂ ਨਹੀਂ ਆ ਜਾਂ ਕੀ ਆ। ਬਿਲਕੁਲ ਉਸੇ ਤਰ੍ਹਾਂ ਕੋਈ ਜਦੋਂ ਸਾਡੇ ਉੱਤੇ ਕੋਈ ਦੁੱਖ ਜਾਂ ਮੁਸੀਬਤ ਜਾਂ ਪ੍ਰੋਬਲਮ ਵੀ ਆਉਂਦੀ ਹੈਗੀ ਆ, ਤੁਸੀਂ ਕਈ ਵਾਰੀ ਉਸ ਦੁੱਖ ਨੂੰ ਪਹਿਚਾਣ ਨਹੀਂ ਪਾਉਂਦੇ। ਕਹਿੰਦੇ ਕਿ ਦੁੱਖ ਬੜਾ ਸੋਨਾ ਬਣ ਕੇ ਆਉਂਦਾ ਆ, ਫਿਰ ਕਈ ਵਾਰੀ ਤੁਹਾਨੂੰ ਲੱਗਦਾ ਕਿ ਚੀਜ਼ ਮੇਰੇ ਭਲੇ ਦੇ ਲਈ ਆ, ਮੇਰੇ ਅੱਛੇ ਦੇ ਲਈ ਆ, ਮੇਰਾ ਜਿੱਦਾਂ ਮੇਰੀ ਬਿਹਤਰੀ ਹੋਊਗੀ, ਪਰ ਇਨਫੈਕਟ ਉਹ ਚੀਜ਼ ਤੁਹਾਡੇ ਲਈ ਬਹੁਤ ਨੈਗੇਟਿਵ ਹੁੰਦੀ ਆ। ਅਤੇ ਜਦੋਂ ਉਹ ਚੀਜ਼ ਦੇ ਵੱਲ ਤੁਸੀਂ ਇੱਕਦਮ ਨੱਠ ਕੇ ਜਾਂਦੇ ਆ, ਜਲਦਬਾਜ਼ੀ ਨਾਲ ਤੁਸੀਂ ਸਟੈਪ ਲੈਂਦੇ ਹੈਗੇ ਆ,
ਉਹ ਸਭ ਤੋਂ ਵੱਡੀ ਗਲਤੀ ਹੁੰਦੀ ਆ ਜਿਸ ਚੀਜ਼ ਦੇ ਵਿੱਚ ਵੀ ਤੁਸੀਂ ਇਫ ਯੂ ਆਰ ਰਸ਼ਿੰਗ ਇਨ ਟੂ ਐਨੀਥਿੰਗ ਜਿਸ ਚੀਜ਼ ਦੇ ਵਿੱਚ ਵੀ ਤੁਸੀਂ ਕੋਈ ਜਲਦਬਾਜ਼ੀ ਕਰਦੇ ਹੈਗੇ ਆ ਸਮਝ ਲਓ ਕਿ ਇੱਥੇ ਕੋਈ ਨਾ ਕੋਈ ਪ੍ਰੋਬਲਮ ਤਾਂ ਆਉਣੀ ਆਉਣੀ ਹੈਗੀ ਆ ਕਿਉਂਕਿ ਜਲਦਬਾਜ਼ੀ ਦਾ ਕੰਮ ਸ਼ੈਤਾਨ ਦਾ ਹੁੰਦਾ ਆ ਜਿਹੜੀ ਸ਼ੈਤਾਨੀ ਸ਼ਕਤੀ ਹੁੰਦੀ ਆ ਉਹ ਇੱਦਾਂ ਫਟਾਫਟ ਉਹਦਾ ਹੁੰਦਾ ਹੈਗਾ ਕਿ ਜਿੱਦਾਂ ਫਾਸਟ ਤੇਜ਼ੀ ਦੇ ਨਾਲ ਕੋਈ ਸਟੈਪ ਲੈਣਾ ਤੇਜ਼ੀ ਨਾਲ ਕਰਨਾ ਜੇ ਅਸੀਂ ਥੋੜ੍ਹਾ ਜਿਹਾ ਸੋਚ ਸਮਝ ਕੇ ਸੰਭਲ ਕੇ ਅਸੀਂ ਕੋਈ ਸਟੈਪ ਲੈਂਦੇ ਹੈਗੇ ਹਾਂ ਉਹ ਬੈਟਰ ਰਹਿੰਦਾ ਆ ਕਿਨੇ ਇਸ ਇਜ਼ ਅ ਮਚ ਮੋਰ ਪੋਜ਼ਿਟਿਵ ਸਟੈਪ ਫਿਰ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਆਪਣੀ ਲਾਈਫ ਨੂੰ ਪੋਜ਼ਿਟਿਵ ਬਣਾਉਣਾ ਜਾਂ ਨੈਗੇਟਿਵ ਬਣਾਉਣਾ ਪਰਮਾਤਮਾ ਸਾਨੂੰ ਬਹੁਤ ਸਿਗਨਲ ਬਹੁਤ ਸਾਈਨ ਦਿੰਦਾ ਹੈਗਾ ਆ ਕਿ ਜਿਹਦੇ ਨਾਲ ਸਾਨੂੰ ਪਤਾ ਹੋਵੇ ਕਿ ਅਸੀਂ ਤੇਜ਼ੀ ਨਾਲ ਅੱਗੇ ਵਧੀਏ ਜਾਂ ਅਸੀਂ ਸਲੋ ਡਾਊਨ ਹੋ ਜਾਈਏ ਜਾਂ ਅਸੀਂ ਕੀ ਕਰੀਏ ਪਰ ਅਸੀਂ ਹੀ ਮੈਂ ਕਹਿ ਸਕਦੀ ਹਾਂ ਮੰਦ ਬੁੱਧੀ ਹਾਂ ਅਸੀਂ ਇਨਸਾਨ ਕਿ ਸਾਨੂੰ ਇੰਨਾ ਪਤਾ ਨਹੀਂ ਹੁੰਦਾ ਕਿ ਅਸੀਂ ਕੋਈ ਸਹੀ ਸਟੈਪ ਲੈ ਰਹੇ ਹਾਂ ਜਾਂ ਅਸੀਂ ਨੈਗੇਟਿਵ ਸਟੈਪ ਲੈ ਰਹੇ ਹਾਂ ਜਾਂ ਸਾਡੇ ਲਈ ਪੋਜ਼ਿਟਿਵ ਆ ਜਾਂ ਕੀ ਆ ਸੋ ਉਸ ਚੀਜ਼ ਨੂੰ ਸਮਝਣ ਦੇ ਲਈ ਉਸ ਚੀਜ਼ ਨੂੰ ਅੰਡਰਸਟੈਂਡ ਕਰਨ ਦੇ ਲਈ ਮੈਂ ਤੁਹਾਨੂੰ ਰੈਕਮੈਂਡ ਕਰੂੰਗੀ ਕਿ ਤੁਸੀਂ ਆਪਣੀ ਰੀਡਿੰਗ ਕਰਵਾ ਲਓ ਤਾਂ ਕਿ ਰੀਡਿੰਗ ਕਰਕੇ ਸਾਨੂੰ ਪਤਾ ਲੱਗੇ ਆਰ ਵੀ ਗੋਇੰਗ ਇਨ ਦਾ ਰਾਈਟ ਡਾਇਰੈਕਸ਼ਨ ਆਰ ਵੀ ਮੂਵਿੰਗ ਫੋਰਵਰਡ ਇਨ ਦਾ ਰਾਈਟ ਡਾਇਰੈਕਸ਼ਨ ਆਰ ਵੀ ਟੇਕਿੰਗ ਦਾ ਰਾਈਟ ਸਟੈਪਸ ਕਿਉਂਕਿ ਐਟਲੀਸਟ ਉਹਦੇ ਨਾਲ ਸਾਡੀ ਬੈਸਟ ਹੈਲਪ ਜਾਂ ਸਾਡੀ ਬੈਸਟ ਮਦਦ ਹੋ ਸਕਦੀ ਹੈਗੀ ਆ ਐਟ ਦੀ ਐਂਡ ਆਫ ਦਾ ਡੇ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਆਪਣੀ ਲਾਈਫ ਨੂੰ ਕਿੰਨਾ ਪੋਜ਼ਿਟਿਵ ਜਾਂ ਕਿੰਨਾ ਸਟਰੋਂਗ ਬਣਾਉਣਾ ਚਾਹੁੰਦੇ ਹੈਗੇ ਹਾਂ ਜੇ ਤੁਸੀਂ ਚਾਹੁੰਦੇ ਹਾਂ ਕਿ ਤੁਹਾਡੀ ਲਾਈਫ ਦੇ ਵਿੱਚ ਰਾਈਟ ਐਨਰਜੀ ਆਵੇ ਜਾਂ ਸਟਰੋਂਗ ਐਨਰਜੀ ਆਵੇ ਤੁਹਾਨੂੰ ਆਪਣੇ ਵੱਲੋਂ ਮਿਹਨਤ ਖੁਦ ਕਰਨੀ ਪਊਗੀ ਤੁਹਾਨੂੰ ਆਪਣੇ ਵੱਲੋਂ ਕੋਸ਼ਿਸ਼ ਖੁਦ ਕਰਨੀ ਪਊਗੀ ਜਦ ਤੱਕ ਤੁਸੀਂ ਆਪਣੇ ਵੱਲੋਂ ਸਹੀ ਕੋਸ਼ਿਸ਼ ਜਾਂ ਸਹੀ ਮਿਹਨਤ ਨਹੀਂ ਕਰਦੇ ਹੈਗੇ ਉਦੋਂ ਤੱਕ ਕੁਛ ਨਹੀਂ ਹੋ ਸਕਦਾ ਇਸ ਯੋਰ ਲਾਈਫ ਯੋਰ ਐਨਰਜੀ ਐਂਡ ਇਸ ਅਪ ਟੂ ਯੂ ਟੂ ਮੇਕ ਇਟ ਸਟਰੋਂਗ ਜੇ ਤੁਹਾਨੂੰ ਇੱਦਾਂ ਲੱਗਦਾ ਹੈਗਾ ਕਿ ਸ਼ਾਇਦ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ ਤੁਹਾਡੀ ਹੈਲਪ ਕਰ ਸਕਦੀ ਹਾਂ ਡੈਫੀਨੇਟਲੀ ਗੇਟ ਇਨ ਟੱਚ ਵਿਦ ਮੀ ਜਿੰਨੀ ਵੀ ਮੇਰੇ ਕੋਲ ਹੋ ਸਕੇ ਮੈਂ ਤੁਹਾਡੀ ਹੈਲਪ ਜ਼ਰੂਰ ਕਰੂੰਗੀ ਰਿਮੈਂਬਰ ਵਨ ਥਿੰਗ ਆਹ ਸ਼ੋਅ ਤੁਹਾਡੇ ਸਾਹਮਣੇ ਅੱਜ 1 ਵਜੇ ਤੱਕ ਰਹੂਗਾ ਪਰ ਜੇ ਤੁਸੀਂ ਮੇਰੇ ਨਾਲ ਔਫ ਫਿਰ ਗੱਲ ਕਰਨਾ ਚਾਹੁੰਦੇ ਹੈਗੇ ਹਾਂ ਤੁਸੀਂ ਕਿਸੇ ਵੀ ਸੈਕਿੰਡ ਕਿਸੇ ਵੀ ਵੇਲੇ ਤੁਸੀਂ ਪ੍ਰੀ ਬੁਕਿੰਗ ਨੰਬਰ 'ਤੇ ਫੋਨ ਕਰ ਲਓ ਮੇਰੀ ਟੀਮ ਦੇ ਨਾਲ ਗੱਲ ਕਰ ਲਓ ਮੇਰੀ ਟੀਮ ਤੁਹਾਡੇ ਲਈ ਡੇਟ ਟਾਈਮ ਵਗੈਰਾ ਅਰੇਂਜ ਕਰ ਦੇਣਗੇ ਫਿਰ ਉਸ ਦਿਨ ਉਸ ਡੇਟ ਉਸ ਜਗ੍ਹਾ 'ਤੇ ਉਸ ਟਾਈਮ 'ਤੇ ਜਾਂ ਤਾਂ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹਾਂ ਜਾਂ ਫਿਰ ਤੁਸੀਂ ਮੇਰੇ ਨਾਲ ਔਫ ਫਿਰ ਗੱਲ ਕਰ ਸਕਦੇ ਹੈਗੇ ਹਾਂ ਅਤੇ ਜੇ ਤੁਸੀਂ ਕਿਤੇ ਅਬਰੋਡ ਰਹਿੰਦੇ ਹਾਂ ਜਾਂ ਦੁਨੀਆ 'ਚ ਕਿਸੇ ਵੀ ਕੋਨੇ 'ਤੇ ਰਹਿੰਦੇ ਹੈਗੇ ਹਾਂ ਜਦ ਤੱਕ ਉੱਥੇ ਤੱਕ ਟਰਾਂਸਪੋਰਟ ਪਹੁੰਚ ਸਕਦੀ ਹੈਗੀ ਆ ਆਈ ਕੈਨ ਰੀਚ ਦੇਅਰ ਇਜ਼ ਵੈਲ ਫਿਰ ਇਹ ਨਾ ਸੋਚਿਓ ਕਿ ਸਿਰਫ ਲੰਡਨ ਦੇ ਵਿੱਚ ਹੀ ਆ ਸਿਰਫ ਇੰਗਲੈਂਡ ਦੇ ਵਿੱਚ ਹੀ ਆਰਤੀ ਹੈਲਪ ਕਰ ਸਕਦੀ ਹੈਗੀ ਆ ਬਿਕੋਜ਼ ਆਫ ਦ ਵਰਕ ਦਾ ਆਈ ਡੂ ਟਰੈਵਲ ਵਰਲਡ ਵਾਈਡ ਸੋ ਕਦੇ ਕਿਤੇ ਟਰੈਵਲ ਕਰਨਾ ਪੈਂਦਾ ਕਦੇ ਕਿਤੇ ਜਾਣਾ ਪੈਂਦਾ ਸੋ ਡੋਂਟ ਥਿੰਕ ਕਿ ਆਰਤੀ ਸਾਨੂੰ ਆ ਕੇ ਮਿਲ ਨਹੀਂ ਸਕਦੀ ਹੈਗੀ ਜਾਂ ਸਾਡੇ ਨਾਲ ਗੱਲ ਨਹੀਂ ਕਰ ਸਕਦੀ ਹੈਗੀ ਆਲ ਡੂ ਮਾਈ ਬੈਸਟ ਟੂ ਹੈਲਪ ਹੀ ਕਿਉਂਕਿ ਸਿਰਫ ਇੰਨੀ ਚੀਜ਼ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗੀ ਕਿ ਬੇਝਿਜਕ ਮੈਨੂੰ ਫੋਨ ਕਰੋ ਜੇ ਤੁਸੀਂ UK ਤੋਂ ਬਾਹਰ ਰਹਿੰਦੇ ਹਾਂ ਤਾਂ ਤੁਸੀਂ ਮੈਨੂੰ ਫੋਨ ਕਰਦੇ ਹਾਂ ਇੱਕ ਗੱਲ ਤੁਸੀਂ ਜ਼ਰੂਰ ਯਾਦ ਰੱਖਣੀ ਹੈਗੀ ਆ ਕਿ ਜਿਹੜਾ ਵੀ ਅਸੀਂ ਫੋਨ ਦਾ ਟਾਈਮ ਅਰੇਂਜ ਕਰਾਂਗੇ ਤੁਹਾਡੀ ਰੀਡਿੰਗ ਦਾ ਉਸ ਟਾਈਮ 'ਤੇ ਮੈਂ ਤੁਹਾਨੂੰ ਖੁਦ ਫੋਨ ਕਰੂੰਗੀ ਫਿਰ ਆਪਣੇ ਫੋਨ ਬਿੱਲ ਦਾ ਵੀ ਫਿਕਰ ਨਾ ਕਰੀਓ ਆਲ ਖੋਲੀਏ ਸੋ ਦੈਟ ਆਈ ਕੈਨ ਡੂ ਮਾਈ ਬੈਸਟ ਟੂ ਹੈਲਪ ਯੂ ਚਲੋ ਸਿੱਧਾ ਚੱਲਦੇ ਹਾਂ ਆਪਾਂ ਆਪਣੇ ਅਗਲੇ ਕਾਲਰ ਦੇ ਕੋਲ ਹੈਲੋ ਜੀ ਹੈਲੋ ਆਰਤੀ ਹੈਲੋ ਹਾਂਜੀ ਹਾਂ ਕਿਨ ਹੈਲਪ ਯੂ ਮੈਂ ਪੁੱਛਣਾ ਸੀਗਾ ਵੀ ਜਿੱਦਾਂ ਮੇਰਾ ਫਿਊਚਰ ਕਿੱਦਾਂ ਦਾ ਰਹੂਗਾ ਆਪਣੇ ਫਿਊਚਰ ਬਾਰੇ ਅਤੇ ਜਿੱਦਾਂ ਮੈਂ ਜੋਬ ਕਰਦੀ ਹਾਂ ਹੈ ਨਾ ਕਿ ਮੈਨੂੰ ਇੱਥੇ ਪੱਕੀ ਜੋਬ ਮਿਲ ਜੂਗੀ ਇਹੀ ਸਕੂਲ ਦੇ ਵਿੱਚ ਮੈਂ ਸਕੂਲ 'ਚ ਕਰਦੀ ਹਾਂ ਤਾਂ ਮੈਂ ਇਹ ਪੁੱਛਣਾ ਸੀ ਓਕੇ ਮੈਂ ਤਾਂ ਹੁਣੀ ਚੈੱਕ ਕਰ ਦਿੰਦੀ ਹੈਗੀ ਹਾਂ ਅਤੇ ਤੁਹਾਨੂੰ ਇੱਥੇ ਕੰਮ ਕਰਦੇ ਨੂੰ ਕਿੰਨਾ ਕੁ ਚਿਰ ਹੋ ਗਿਆ ਮੈਨੂੰ ਆਈ ਥਿੰਕ ਸਾਲ ਹੋਣ ਵਾਲਾ ਹੈ ਸਾਲ ਹਜੇ ਹੋਣ ਵਾਲਾ ਅੱਛਾ ਤੁਸੀਂ ਇੱਦਾਂ ਕਰਨਾ ਇਹੀ ਗੱਲ ਤੁਸੀਂ ਮਨ 'ਚ ਰੱਖੋ ਮੈਨੂੰ ਸਟੋਪ ਕਹਿ ਦੇਣਾ ਮੈਂ ਉਸੇ ਕਾਰ 'ਤੇ ਰੁਕ ਜਾਊਂਗੀ ਸ਼ੁਰੂ ਕਰਨੀ ਹੈ ਜੀ ਪਰਫੈਕਟ ਆਹ ਹੋ ਗਿਆ ਤੇਰਾ ਪਹਿਲਾ ਕਾਰ ਅਤੇ ਇੱਕ ਵਾਰੀ ਹੋਰ ਕਹਿ ਦੇਣਾ ਜੀ ਅੱਛਾ ਜੀ ਆਹ ਹੋ ਗਿਆ ਤੇਰਾ ਦੂਸਰਾ ਕਾਰ ਅਤੇ ਇੱਕ ਵਾਰੀ ਹੋਰ ਕਹਿ ਦੇਣਾ ਜੀ ਅੱਛਾ ਜੀ ਆ ਗਏ ਤੇਰੇ 3 ਕਾਰਡ ਮੈਂ ਤਾਂ ਕਰਦੀ ਹਾਂ ਕੁਛ ਐਕਸਟਰਾ ਕਾਰਡਸ ਵੀ ਕਰਦੀ ਹਾਂ ਕਿ ਡੀਟੇਲ 'ਚ ਦੱਸ ਸਕਾਂ ਲੈਸੀ ਓ ਇਹਨਾਂ ਨੇ ਤੇਰੇ ਨਾਲ ਕੋਈ ਗੱਲ ਕੀਤੀ ਕੰਟਰੈਕਟ ਦੀ ਜਾਂ ਟਾਈਮ ਸਕੂਲ ਦੀ ਹਾਂ ਅੱਛੀ ਗੱਲ ਆ ਵੈਸੇ ਕਿਉਂਕਿ ਜਿਸ ਹਿਸਾਬ ਦੇ ਨਾਲ ਤੁਹਾਡੇ ਕਾਰਡਸ ਆਏ ਹੈਗੇ ਆ ਨਾ ਇਹ ਪਤਾ ਲੱਗ ਰਿਹਾ ਕਿਉਂਕਿ ਇਹ ਐਕਚੁਲੀ ਤੁਹਾਡੇ ਕੰਮ ਦੇ ਨਾਲ ਬਹੁਤ ਖੁਸ਼ ਆ ਅਤੇ ਮੈਨੂੰ ਕੋਈ ਇੱਦਾਂ ਦੀ ਕੋਈ ਇੱਦਾਂ ਦੀ ਕੋਈ ਉਲਝਣ ਵੱਡੀ ਕੋਈ ਨਜ਼ਰ ਨਹੀਂ ਆ ਰਹੀ ਹੈਗੀ ਆ ਕੋਈ ਕੰਮ ਦੀ ਜਿੱਦਾਂ ਕੋਈ ਵੱਡੀ ਗੱਲ ਨਜ਼ਰ ਨਹੀਂ ਆ ਰਹੀਗੀ ਹੋ ਸਕਦਾ ਕਿ ਤੁਹਾਨੂੰ ਤੁਹਾਡੇ ਘੰਟਿਆਂ ਦੇ ਨਾਲ ਕੁਛ ਕਹਿਣ ਕਿ ਜੇ ਤੁਸੀਂ ਜ਼ਿਆਦਾ ਕੰਮ ਕਰ ਸਕੋ ਜਾਂ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਤੁਸੀਂ ਸਪੈਂਡ ਕਰ ਸਕੋ ਉਹਨਾਂ ਦੇ ਨਾਲ ਹੈ ਨਾ ਉਹਦੇ ਵਿੱਚ ਮੈਨੂੰ ਨਜ਼ਰ ਆ ਰਿਹਾ ਕਿ ਜਿੱਦਾਂ ਥੋੜ੍ਹਾ ਬਹੁਤ ਕੋਈ ਬਦਲਾਵ ਹੋ ਸਕਦਾ ਆ ਉਹਦੇ ਚਾਂਸ ਬਹੁਤ ਸਟਰੋਂਗ ਆ
ਬਹੁਤ ਹੀ ਸਟਰੋਂਗ ਆ, ਪਰ ਆਪ ਜਿੱਦਾਂ ਹੀ ਉਹ ਤੁਹਾਡੀ ਜੋਬ ਪੱਕੀ ਕਰਦੇ ਆ ਨਾ, ਆਪਾਂ ਨੇ ਕਿਸੇ ਨਾਲ ਗੱਲ ਨਹੀਂ ਕਰਨੀ ਹੈਗੀ, ਕਿਸੇ ਨੂੰ ਕੁਛ ਕਹਿਣਾ ਨਹੀਂ ਹੈਗਾ, ਅਸੀਂ ਉਹ ਜੋਬ ਲੈ ਲੈਣੀ, ਕਿਸੇ ਨੂੰ ਤੁਸੀਂ ਕਹਿਣਾ ਨਹੀਂ ਕਿ ਮੇਰਾ ਹੁਣ ਪੱਕਾ ਕੰਮ ਲੱਗ ਗਿਆ ਆ, ਹੈ ਨਾ, ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈਗਾ ਆ। ਬਾਕੀ ਮੈਂ ਇੰਨੀ ਚੀਜ਼ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗੀ ਕਿ ਤੁਸੀਂ ਈਮੇਲ ਯੂਜ਼ ਕਰ ਲੈਂਦੇ ਹਾਂ ਜੀ? ਹਾਂ, ਓਕੇ, ਪਰਫੈਕਟ। ਜੇ ਹੋ ਸਕੇ ਨਾ, ਚਾਹੇ ਤੁਸੀਂ ਅੱਜ ਦੇ ਸ਼ੋਅ ਤੋਂ ਬਾਅਦ ਮੈਨੂੰ ਈਮੇਲ ਪਾ ਦੇਣਾ, ਮੈਨੂੰ ਕਹਿ ਦੇਣਾ ਕਿ ਆਰਤੀ ਲਾਈਕ ਯੂ ਨੋ ਸੈਟਰਡੇ ਦੇ ਸ਼ੋਅ ਦੇ ਵਿੱਚ ਮੈਂ ਤੁਹਾਨੂੰ ਕਾਲ ਕੀਤਾ ਸੀਗਾ, ਅਤੇ ਬ੍ਰੇਕ ਤੋਂ ਪਹਿਲਾਂ ਮੈਂ ਲਾਸਟ ਕੋਲਰ ਸੀਗੀ, ਬਸ ਮੈਂ ਤੁਹਾਡੇ ਨਾਲ ਲਾਈਕ ਤੁਸੀਂ ਇਸ ਚੀਜ਼ ਦੇ ਵਿੱਚ ਮੈਨੂੰ ਦੱਸਿਆ ਸੀਗਾ, ਮੈਂ ਤੁਹਾਨੂੰ ਨਾ ਇੱਕ ਉਪਾਅ ਦਊਂਗੀ, ਉਹ ਜਿੱਦਾਂ ਗੁਪਤ ਉਪਾਅ ਆ, ਉਹ ਅਸੀਂ ਜਿੱਦਾਂ ਮੈਂ ਤੁਹਾਨੂੰ ਟੀਵੀ 'ਤੇ ਨਹੀਂ ਦੇ ਸਕੂੰਗੀ, ਉਹ ਤੁਸੀਂ ਕਰਾਂਗੇ ਨਾ, ਉਹਦੇ ਨਾਲ ਤੁਹਾਡੀ ਕਾਫੀ ਹੈਲਪ ਹੋ ਜੂਗੀ। ਬਾਕੀ ਤੁਸੀਂ ਸ਼ਬਦ ਪੜ੍ਹ ਲੈਂਦੇ ਆ? ਓ, ਫਿਰ ਤਾਂ ਪਰਫੈਕਟ ਆ, ਓਕੇ, ਫਿਰ ਤਾਂ ਉਹਦੇ ਨਾਲ ਤੁਹਾਡੀ ਬਹੁਤ ਜ਼ਿਆਦਾ ਹੈਲਪ ਹੋ ਗਈ, ਕਿਉਂਕਿ ਤੁਹਾਨੂੰ ਪਤਾ ਸਾਡੀ ਬਾਣੀ ਦੇ ਵਿੱਚ ਜਾਂ ਪਾਠ ਦੇ ਵਿੱਚ ਇੰਨੀ ਸ਼ਕਤੀ ਆ ਨਾ, ਓਨੀ ਸ਼ਕਤੀ ਕਿਸੇ ਹੋਰ ਚੀਜ਼ 'ਚ ਨਹੀਂ ਹੈਗੀ ਨਾ। ਕਈ ਵਾਰੀ ਸਿੰਪਲ ਜੇ ਅਸੀਂ ਕੋਈ ਸ਼ਬਦ ਪੜ੍ਹ ਕੇ ਜਾਈਏ ਨਾ, ਉਹਦੇ ਨਾਲ ਹੀ ਸਾਡੇ ਕੰਮ ਬਣ ਜਾਂਦੇ ਹੈਗੇ। ਪਰਮਾਤਮਾ ਤੁਹਾਡੇ ਵੀ ਕੰਮ ਜ਼ਰੂਰ ਪੂਰੇ ਕਰੇ, ਪਰ ਇਹ ਮੈਨੂੰ ਇਹ ਨਜ਼ਰ ਆ ਰਿਹਾ ਹੈਗਾ ਕਿ ਤੁਹਾਡੇ ਫੇਵਰ ਦੇ ਵਿੱਚ ਹੋਣਾ ਚਾਹੀਦਾ। ਥੋੜ੍ਹੀ ਬਹੁਤ ਉਲਝਣ ਹਜੇ ਮੈਂ ਤੁਹਾਨੂੰ ਕਹੂੰਗੀ ਲਾਈਫ ਦੇ ਵਿੱਚ ਹਜੇ ਵੀ ਹੈਗੀ ਆ, ਸਟਰਗਲ ਬਹੁਤ ਆ, ਖਾਸ ਕਰਕੇ ਪੈਸਿਆਂ ਵੱਲੋਂ ਮੈਨੂੰ ਇੰਨੀ ਸਟਰੈਂਥ ਨਹੀਂ ਨਜ਼ਰ ਆ ਰਹੀ ਹੈਗੀ, ਪਰ ਹੋਪਫੁਲੀ ਜਦੋਂ ਅਸੀਂ ਆਹ ਪਾਠ ਕਰਾਂਗੇ ਅਤੇ ਉਹ ਸ਼ਬਦ ਤੁਸੀਂ ਪੜ੍ਹਾਂਗੇ, ਉਹਦੇ ਨਾਲ ਤੁਹਾਡੀ ਫਾਈਨੈਂਸਿਸ ਦੇ ਵਿੱਚ ਵੀ ਸਟੇਬਿਲਿਟੀ ਆਉਣੀ ਚਾਹੀਦੀ ਹੈਗੀ ਆ, ਇਹਨੂੰ ਇਹਦੇ ਨਾਲ ਤੁਹਾਡੀ ਕਾਫੀ ਹੈਲਪ ਹੋਊਗੀ। ਬਾਕੀ ਆਪਾਂ ਨੇ ਕਿਸੇ ਹੋਰ ਨਾਲ ਕੋਈ ਜ਼ਿਆਦਾ ਗੱਲ ਕਰਨੀ ਨਹੀਂ ਹੈਗੀ, ਕਿਸੇ ਹੋਰ ਨੂੰ ਕੁਛ ਕਹਿਣਾ ਨਹੀਂ ਹੈਗਾ, ਕਿਉਂਕਿ ਇਸ ਵੇਲੇ ਤੁਹਾਡੇ ਆਸ ਪਾਸ ਜ਼ਿਆਦਾ ਇੱਦਾਂ ਦੇ ਲੋਕ ਆ ਜਿਹੜੇ ਵੇਟ ਕਰ ਰਹੇ ਕਿ ਕਦ ਥੱਲੇ ਗਿਰੇ, ਕਦ ਥੱਲੇ ਗਿਰੇ, ਹੈ ਨਾ, ਪਰ ਅਸੀਂ ਥੱਲੇ ਨਹੀਂ ਗਿਰਨਾ ਹੈਗਾ, ਤੁਸੀਂ ਸਟਰੋਂਗ, ਇੰਨੀ ਦੇਰ ਤੱਕ ਤੁਸੀਂ ਸਟਰੋਂਗ ਬਣੇ ਰਹੇ ਆ, ਅੱਗੇ ਜਾ ਕੇ ਵੀ ਆਪਾਂ ਨੇ ਸਟਰੋਂਗ ਹੀ ਰਹਿਣਾ ਆ। ਮੈਂ ਇੱਕ ਪੁੱਛਣਾ ਸੀ ਵੀ ਕਿੱਦਾਂ ਦਾ ਫਿਊਚਰ ਗਾਹਾਂ ਕਿੱਦਾਂ ਰਹੂਗਾ, ਬੈਡ ਕਿੱਦਾਂ, ਗੁੱਡ ਬੈਡ ਕਿੱਦਾਂ ਰਹੂਗਾ? ਇਸ ਵੇਲੇ ਤਾਂ ਸਟਰਗਲ ਹੈਗੀ ਆ, ਇਸ ਵੇਲੇ ਸਟਰਗਲ ਹੈਗਾ, ਸਾਨੂੰ ਹਿੰਮਤ ਕਰਨੀ ਪੈਣੀ, ਚਾਹੇ ਅਸੀਂ ਅੰਦਰੋਂ ਜਿੰਨੇ ਵੀ ਥੱਕੇ ਟੁੱਟੇ ਕਿਉਂ ਨਾ ਹੋਈਏ, ਅਸੀਂ ਕਿਸੇ ਹੋਰ ਦੇ ਸਾਹਮਣੇ ਗੱਲ ਨਹੀਂ ਆਉਣ ਦੇਣੀ, ਹੈ ਨਾ, ਇਹਦਾ ਤੁਸੀਂ ਪਲੀਜ਼ ਬਹੁਤ ਖਿਆਲ ਰੱਖਣਾ। ਘਰ ਆ ਕੇ ਚੁੱਪ ਕਰਕੇ ਇਕੱਲੇ ਰੋ ਲਓ, ਕਿਸੇ ਦੇ ਸਾਹਮਣੇ ਆਪਣਾ ਇੰਜੂ ਨਹੀਂ ਕੱਢਣੇ ਹੈਗੇ, ਹੈ ਨਾ, ਇਹਦਾ ਤੁਸੀਂ ਪਲੀਜ਼ ਤੁਸੀਂ ਖਿਆਲ ਰੱਖੋ, ਕਿਉਂਕਿ ਇਸ ਵੇਲੇ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਆਪਣੇ ਸਟਰੋਂਗ ਬਣ ਕੇ ਰਹਿਣੇ, ਕਿਉਂਕਿ ਦੂਸਰੇ ਵੇਟ ਕਰ ਰਹੇ ਆ ਕਿ ਅਸੀਂ ਇੱਥੇ ਹੱਸੀਏ ਜਾਂ ਅਸੀਂ ਇਹਦਾ ਮਜ਼ਾਕ ਕਰਾਈਏ, ਅਸੀਂ ਨੂੰ ਕਹੀਏ ਕਿ ਹਾਂ ਤੂੰ ਨਹੀਂ ਕਰ ਸਕਦੀ ਸੀ, ਤੇਰੇ ਤੋਂ ਨਹੀਂ ਹੋਣਾ, ਪਰ ਅਸੀਂ ਜਿੱਦਾਂ ਨਾ ਕਿੱਦਾਂ ਕਰਕੇ ਸਿਚੁਏਸ਼ਨ ਨੂੰ ਟਰਨ ਅਰਾਊਂਡ ਕਰਨਾ। ਉਹਦੇ ਲਈ ਮੈਂ ਤੁਹਾਨੂੰ ਜ਼ਰੂਰ ਰੈਕਮੈਂਡ ਕਰੂੰਗੀ ਕਿ ਜਦ ਵੀ ਤੁਹਾਨੂੰ ਮੌਕਾ ਮਿਲਿਆ ਨਾ, ਇੱਕ ਵਾਰੀ ਮੇਰੇ ਨਾਲ ਆਫਿਸ ਗੱਲ ਕਰ ਲਓ, ਮੈਂ ਤੁਹਾਡੀ ਡੀਟੇਲ ਰੀਡਿੰਗ ਕਰ ਲੂੰਗੀ, ਜਿੰਨੀ ਵੀ ਮੇਰੇ ਕੋਲੋਂ ਹੋ ਸਕੇ ਮੈਂ ਤੁਹਾਡੀ ਹੈਲਪ ਜ਼ਰੂਰ ਕਰੂੰਗੀ, ਇਹਨੇ ਕਿਉਂਕਿ ਹੁਣ ਬਹੁਤ ਹੋ ਗਿਆ, ਤੁਸੀਂ ਬਹੁਤ ਸਟਰਗਲ ਕਰ ਚੁੱਕੇ ਹੈਗੇ ਆ, ਹੁਣ ਜਿੱਦਾਂ ਮੈਂ ਤੁਹਾਨੂੰ ਕਹਿ ਸਕਦਾ ਕਿ ਇਨਸਾਨ ਦੀ ਵੀ ਬੱਸ ਹੋ ਜਾਂਦੀ ਹੈਗੀ, ਸਾਡੀ ਵੀ ਲਿਮਿਟ ਹੁੰਦੀ ਕਿ ਅਸੀਂ ਕਿੰਨਾ ਕੁ ਸਹੀ ਜਾਈਏ, ਇਹਨੇ ਪਰ ਹੁਣ ਤੁਹਾਡੀ ਲਾਈਫ ਦੇ ਵਿੱਚ ਥੋੜ੍ਹੀ ਜਿਹੀ ਸਟੇਬਿਲਿਟੀ ਕੁਛ ਸਟਰੋਂਗ ਸੁੱਖ ਆਉਣਾ ਜ਼ਰੂਰੀ ਆ, ਫਿਰ ਡੈਫੀਨੇਟਲੀ ਮੈਂ ਔਫਿਰ ਗੱਲ ਕਰ ਲੈਣਾ, ਚਾਹੇ ਜਦ ਵੀ ਤੁਹਾਨੂੰ ਮੌਕਾ ਮਿਲਿਆ ਤੁਸੀਂ ਪ੍ਰੀ ਬੁਕਿੰਗ ਨੰਬਰ 'ਤੇ ਫੋਨ ਕਰ ਲੈਣਾ, ਅਤੇ ਡੈਫੀਨੇਟਲੀ ਜਦੋਂ ਅਸੀਂ ਔਫਿਰ ਗੱਲ ਕਰਾਂਗੇ, ਜਿੰਨੀ ਵੀ ਮੇਰੇ ਕੋਲ ਹੋ ਸਕੇ ਮੈਂ ਤੁਹਾਡੀ ਮਦਦ ਜ਼ਰੂਰ ਕਰੂੰਗੀ। ਪਰ ਫਿਕਰ ਨਾ ਕਰੀਓ, ਮੈਂ ਵੀ ਪਰਮਾਤਮਾ ਅੱਗੇ ਹੀ ਅਰਦਾਸ ਕਰੂੰਗੀ ਕਿ ਪਰਮਾਤਮਾ ਤੁਹਾਡੇ ਸਾਰੇ ਕੰਮ ਪੂਰੇ ਕਰੇ, ਖਾਸ ਕਰਕੇ ਤੁਹਾਡੀ ਫਾਈਨੈਂਸਿਸ ਦੇ ਵਿੱਚ ਬਹੁਤ ਵੱਡਾ ਬਦਲਾਵ ਆਉਣਾ ਜ਼ਰੂਰੀ ਆ, ਕਿ ਜਿਹਦੇ ਨਾਲ ਤੁਹਾਡੀ ਲਾਈਫ 'ਚ ਥੋੜ੍ਹੀ ਜਿਹੀ ਹੋਰ ਸਟੇਬਿਲਿਟੀ ਆ ਸਕੇ। ਬਾਕੀ ਡੈਫੀਨੇਟਲੀ ਕਾਰਡ ਦੇ ਹਿਸਾਬ ਤੋਂ ਮੈਂ ਤੁਹਾਨੂੰ ਇੰਨੀ ਚੀਜ਼ ਤੁਹਾਨੂੰ ਕਹਿ ਸਕਦੇ ਹੈਗੇ ਕਿ ਜਿੰਨੇ ਕੁ ਮੈਂ ਕਾਰਡ ਹੁਣ ਕੱਢੇ ਹੈਗੇ ਆ, ਇਹਦੇ ਨਾਲ ਤਾਂ ਮੈਂ ਤੁਹਾਨੂੰ ਇਹੀ ਕਹਿ ਸਕਦੇ ਕਿ ਕਾਫੀ ਟਾਈਮ ਤੋਂ ਇਹ ਚੀਜ਼ ਚੱਲ ਰਹੀ ਹੈ, ਅਤੇ ਇਹਨੂੰ ਜਦ ਤੱਕ ਆਪਾਂ ਖੁਦ ਨਹੀਂ ਨਾ ਬਦਲਦੇ, ਇਹਨੇ ਬਦਲਣਾ ਨਹੀਂ ਹੈਗਾ। ਇਹਨੂੰ ਇੱਦਾਂ ਹੈ ਕਿ ਜਿੱਦਾਂ ਕੋਈ ਗੰਦਾ ਪਾਣੀ ਆ, ਅਤੇ ਜਦ ਤੱਕ ਅਸੀਂ ਇਹਨੂੰ ਖੁਦ ਨਹੀਂ ਸਾਫ਼ ਕਰਦੇ ਹੈਗੇ, ਉਹਨੇ ਸਾਫ਼ ਨਹੀਂ ਹੋਣਾ। ਇਸ ਵੇਲੇ ਕੀ ਹੋ ਰਿਹਾ ਹੈਗਾ ਕਿ ਜੇ ਤੁਸੀਂ ਸੋਚ ਲਓ ਆਪਣੇ ਮਨ 'ਚ ਤਾਂ ਕੋਈ ਬਾਲਟੀ ਆ, ਉਹਦੇ ਵਿੱਚ ਪਾਣੀ ਭਰਿਆ ਹੋਇਆ, ਉਹਦੇ ਵਿੱਚ ਮਿੱਟੀ ਵੀ ਗਿਰੀ ਹੋਈ ਆ, ਉਹ ਮਿੱਟੀ ਜਿੱਦਾਂ ਥੱਲੇ ਨੂੰ ਜਾ ਰਹੀ ਆ, ਸਾਨੂੰ ਇੱਦਾਂ ਲੱਗ ਰਿਹਾ ਕਿ ਸ਼ਾਇਦ ਕੁਛ ਠੀਕ ਹੋ ਰਿਹਾ, ਪਰ ਐਕਚੁਲੀ ਮਿੱਟੀ ਤਾਂ ਹਜੇ ਵੀ ਪਾਣੀ 'ਚ ਹੀ ਆ, ਜਿਹਨੇ ਸਾਨੂੰ ਉਹ ਕਲੀਅਰ ਕਰਨਾ ਪਊਗਾ, ਫਿਰ ਸਾਡੀ ਅਸੀਂ ਜ਼ਿੰਦਗੀ 'ਚ ਅੱਗੇ ਵੱਧ ਸਕਦੇ, ਨਹੀਂ ਤਾਂ ਇਹ ਜਿਹੜੀ ਪ੍ਰੋਬਲਮ ਆ ਨਾ, ਇਹਨੇ ਬਾਰ ਬਾਰ ਆ ਕੇ ਸਾਨੂੰ ਪਿੱਛੇ ਨੂੰ ਖਿੱਚੀ ਜਾਣਾ ਆ, ਸਾਨੂੰ ਅੱਗੇ ਜਿੱਦਾਂ ਅੱਗੇ ਜਾਣ ਹੀ ਨਹੀਂ ਦੇਣਾ, ਇਹ ਸਾਨੂੰ ਜਿੱਦਾਂ ਉੱਥੇ ਹੀ ਸਟੱਕ ਰੱਖੂਗੀ, ਅਤੇ ਇੱਥੇ ਤੁਸੀਂ ਸਟੱਕ ਕਾਫੀ ਦੇਰ ਤੋਂ ਹੀ ਆ, ਹੈ ਨਾ, ਇਹ ਨਹੀਂ ਚੀਜ਼ ਹੋਣੀ ਚਾਹੀਦੀ। ਪਰ ਇਹਦੇ ਲਈ ਜਦੋਂ ਮੈਂ ਤੁਹਾਡੀ ਡੀਟੇਲ ਰੀਡਿੰਗ ਕਰੂੰਗੀ ਨਾ, ਫਿਰ ਮੈਂ ਤੁਹਾਨੂੰ ਹੋਰ ਡੀਟੇਲ ਦੇ ਵਿੱਚ ਦੱਸ ਸਕੂੰਗੀ, ਅਤੇ ਜਿੰਨੀ ਵੀ ਮੇਰੇ ਕੋਲ ਹੋ ਸਕੇ ਤੁਹਾਡੀ ਮਦਦ ਜ਼ਰੂਰ ਕਰੂੰਗੀ, ਪਰ ਡੈਫੀਨੇਟਲੀ ਵਿਲ ਸਪੀਕ ਆਫ ਏ ਵੈਰੀ ਸੀਨ। ਥੈਂਕ ਯੂ ਸੋ ਮਚ, ਗੋਡ ਬਲੈਸ ਯੂ। ਪਰਮਾਤਮਾ ਕਰੇ ਸਾਰਿਆਂ ਦੇ ਕੰਮ ਬਣਨ, ਸਾਰਿਆਂ ਦੇ ਲਾਈਫ 'ਚ ਪੋਜ਼ਿਟਿਵ ਐਨਰਜੀ ਆਵੇ। ਜੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੋਈ ਉਲਝਣ ਹੈਗੀ ਹੈ ਜਾਂ ਕੋਈ ਨੈਗੇਟਿਵਿਟੀ ਹੈਗੀ ਹੈ, ਕੋਈ ਵੀ ਪ੍ਰੋਬਲਮ ਆ, ਡੈਫੀਨੇਟਲੀ ਗੇਟ ਇਨ ਟੱਚ ਵਿਦ ਮੀ, ਜਿੰਨੀ ਵੀ ਮੇਰੇ ਕੋਲ ਹੋ ਸਕੇ ਤੁਹਾਡੀ ਮਦਦ ਜ਼ਰੂਰ ਕਰੂੰਗੀ। ਚਲੋ ਹੁਣ ਮੈਂ ਜਾ ਰਹੀ ਹਾਂ ਥੋੜ੍ਹੀ ਜਿਹੀ ਬ੍ਰੇਕ ਦੇ ਬਾਅਦ, ਆਈਲ ਸੀ ਯੂ।
At Leica Mobile, we do things your way. Buy a new SIM with our UK plan Ultra online and enjoy 15 gigabytes of ultra-fast 4G data and unlimited UK minutes and texts. All of this for the low price of just £12 for 30 days. This 50% off contract-free offer is available on our 4G LTE UK network. Don't miss out on this exclusive opportunity. Visit leicamobile.co.uk today. Terms and conditions apply. Your data, your way. Leica Mobile. Pure Heaven, non-alcoholic celebration drinks, all the fun without the alcohol. Pure Heaven, make every moment a sparkling moment. Now available at selected Tesco stores and Amazon. Hilton Hyde, West London ke sabse shandar hotels mein se ek, with 303 air-conditioned rooms and suites, one of the largest banquet spaces in London. Meeting room for up to 1200 people, conferences, musical function, weddings ya koi bhi gathering. मनपसंद भोजन, शानदार आयोजन और बेहतरीन वेन्यू, 400 गाड़ियों की पार्किंग के साथ, हिस्टन हाइट. फॉर बुकिंग्स कॉल 0208-572-1818. Vishal and Shekhar. Here we go. This is Vishal. Hi, this is Shekhar. We're going to be performing at the Royal Festival Hall on the 27th of May 2017. Part of the Alchemy Festival. We'll be performing at the Demon Fort Hall on the 29th of May 2017. Make sure you get your tickets right now. Right now. बजने ते धड़क धड़क ढोल ताशे धड़क धड़क भंडारा झिड़क झिड़क मल्लारी धड़क धड़क भड़क साली चटक मटक फटक साली दुश्मन की देखो जो फाट लावली. Vishal and Shekhar live. Hey guys, I'm Imran Khan. And this is Kareena Kapoor. Keep watching Kismat Karma. With Arti. Insane. नमस्कार जी, सत श्री अकाल जी. उम्मीद करते थोड़ा सारे ब्रेक पसंद आया होगा, थोड़ा सारे याद लग दो. जो तुम हजी भी लाइव इंटरक्टिव शो के हिस्सा लेना चाहते हैं, दैन डेफिनेटली गिव मी अ कॉल. लेट मी नो एग्जैक्टली व्हाट इज़ दैट यू वांट. हैव जिन्नी भी मेरे को हो सके थोड़ी मदद, थोड़ी हेल्प जरूर करूंगी. पर मैं थोड़ी मदद ता ही कर सकती हूँ इफ यू कम्यूनिकेट विद मी. जब तक तुम मैं कहते नहीं है, दसते नहीं है कि आरती जी आह उलझन है, आह प्रॉब्लम आ, उदों तक कुछ नहीं हो सकता है. गाइज, योर लाइफ, योर एनर्जी इन इज अप टू टेक इट फॉरवर्ड. जे थोड़ा मुझे लगता है कि शायद मैं थोड़ी मदद कर सकती हूँ, हेल्प कर सकती हूँ, दैन डेफिनेटली गेट इन टच विद मी. जिन्नी भी मेरे को हो सके थोड़ी हेल्प जरूर करूँगी. सो द मोस्ट इंपॉर्टेंट थिंग इज कि इज योर लाइफ. यू नो वे यू आर एट द मोमेंट एंड यू नो वे यू वॉन्ट टू बी. जे थोड़ा पता कि मैं हूँ इस स्टेज पर हाँ, तो तुम इस स्टेज पर नहीं होना चाहते, तुम तो अगे बढ़ना चाहते हैं, अगे जाना चाहते हैं. यू कैन इंप्रूव योर लाइफ, पर थानू मेहनत करनी पवेगी. किन्नी बारी मेरे सामने इतने केस आते कि जितने कई बार लोग अपने वालों कोशिश करने की दे डोंट वांट टू ट्राई, कोशिश करना ही नहीं चाहते, इन्नी लेजी हो जाते कि आरती जी तुम भी सारा कुछ करो, सानू कुछ भी ना करना पवे, सारा कुछ अपने आप ही ठीक हो जाए, सही हो जाए. इट डजंट वर्क लाइक दैट. नाउ लास्ट नाइट आई वाज कॉल्ड आउट टू अनदर इमरजेंसी पैरानॉर्मल इन्वेस्टिगेशन एंड सिमिलर सॉर्ट ऑफ सिचुएशन हैपन. मैं उन्होंने कहा कि थोड़ा खुद अपने वालों भी कुछ स्टैप लेना पेगा, थोड़ा अपने वालों भी यही कोशिश करनी पेगी. दैन 100 बहाने सामने आए, मिलियंस ऑफ एक्सक्यूज़ेस. इट वाज एब्सोल्युटली अमेजिंग. दे कुड राइट अ बुक, जिदा बुक लिख सकते थे बहानिया के उत्ते. बहाने ना बनाओ, तुसी अपने वालों करो, अपने वालों सही स्टैप लाओ कि जिदे नाल थोड़ी सही मदद या सही हेल्प हो सके. यू नो, डोंट गिव मी अ प्रॉब्लम फॉर एवरी सोल्यूशन. Try to sort it out yourself as well. ਤੁਹਾਨੂੰ ਪਤਾ ਤੁਹਾਡੀ ਲਾਈਫ ਵਿੱਚ ਕਿਹੜੀ ਚੀਜ਼ ਦੀ ਕੀ ਪ੍ਰਾਇੋਰਿਟੀ ਆ. ਵੀ ਨੀਡ ਟੂ ਵਰਕ ਟੂਗੈਦਰ ਐਜ਼ ਅ ਟੀਮ ਟੂ ਮੇਕ ਥਿੰਗਸ ਵਰਕ. ਇਸ ਨਹੀਂ ਤਾਂ ਗੱਲ ਨਹੀਂ ਬਣਨੀ ਹੈਗੀ, ਨਹੀਂ ਤਾਂ ਮੈਂ ਤੁਹਾਡੀ ਹੈਲਪ ਨਹੀਂ ਕਰ ਸਕੂੰਗੀ. ਸੋ ਇਟ ਨੀਡਸ ਟੂ ਬੀ ਟੀਮ ਵਰਕ. ਥਿੰਕ ਅਬਾਊਟ ਦਿਸ. ਸੋਚੋ ਇਹਦੇ ਬਾਰੇ 'ਚ. ਸਿੱਧਾ ਚੱਲਦੇ ਹਾਂ ਆਪਣੇ ਅਗਲੇ ਕੋਲਰ ਦੇ ਕੋਲ. ਹੈਲੋ ਜੀ. ਹੈਲੋ.
हाँ जी हाय, हाउ कैन आई हेल्प यू? हाय, जस्ट मैं अपनी लाइफ के बारे जानना है। हाँ जी जरूर, की पता करना चाहते सी लाइफ के बारे च? बिकॉज नेवर एवर सक्सेस। हाँ जी, केरी चीज सक्सेस नहीं आ रही, जिदा काम दे विच, रिलेशनशिप दे विच, फैमिली च? किसे काम भी सके, नो फैमिली सक्सेस, नो ओन लाइफ, लाइक नो मनी सक्सेस, नथिंग। ओह गॉड, ओके, एंड हाउ लॉन्ग हैज दिस बीन हैपनिंग फॉर? सिंस आई एम मैरिड। ओके, तो तेरी ब्याह नु कितना चिर हो गया? 25 ईयर। 25 साल, ओके, कीप फोकसिंग ऑन दिस फॉर मी, जस्ट टेल मी व्हेन टू स्टॉप ऑन द फर्स्ट कार्ड एंड वी विल टेक इट फॉरवर्ड फ्रॉम देयर, है ना? थैंक यू सो मच। स्टॉप। अच्छा, ओके, फर्स्ट कार्ड ते एक क्वेरी होर के देना प्लीज तुसी। स्टॉप। अच्छा, ओके, तेरे सेकंड कार्ड ते एक क्वेरी होर के देना प्लीज। स्टॉप। ओके, परफेक्ट, हो गए तेरे तीन कार्ड। मैं तो कर दी कुछ एक्स्ट्रा कार्ड्स भी सटे कर दी कि थोड़ा जहा डिटेल्स थानू दस सकां। लेट्स सी, तो थोड़ी एज कितनी हुई है जी? अराउंड 46। ओके, यू नो वन थिंग दैट्स क्वाइट स्ट्रोंगली कमिंग अप इन योर कार्ड्स, एज नज़र आ रही है कि थोड़ी लाइफ के विच थोड़े आस पास ट्रैप्ड एनर्जी, नैगेटिव एनर्जी काफ़ी स्ट्रोंग रही है, तो काफ़ी टाइम तो रही हैगी। दिस इज़ नॉट समथिंग न्यू, इदा नहीं कि जब अज या कल की कोई गल हो, जब महीने भी नहीं हुए, जब मैं कहूँगी काफ़ी साल हो गए आ कि जब दे लाइफ के विच उलझन या प्रॉब्लम हैगी। द ओनली थिंग नाउ इज़ क्योंकि हुन साडे च हिम्मत नहीं रहेगी कि असीं नूं ज़्यादा असीं बैटल कर सकीए। जिस वेले तुसीं अपने आस पास दूसरियां नूं देखदे हैगे आ, तुसीं देख रहे कि वह थोड़े जे स्टेबल आ अपनी लाइफ के विच, फिर भी खुश आ, उन्हां दा कुछ बन रहा है या कुछ उन्हां दी लाइफ के विच समथिंग इज़ हैपनिंग, समथिंग कुछ अच्छा हो रहा है। एंड यू लुक एट योरसेल्फ कि कुछ कोई स्टेबिलिटी है नहीं, कोई चीज़ स्ट्रोंग है नहीं, हमेशा डर हुंदा आ कि जरा थोड़ा बहुत है भी कितने वह भी ना चलिया जाए, क्योंकि वो स्ट्रेंथ है नहीं लाइफ के। बाकी मैं सपोर्ट भी नहीं नज़र आती हैगी, क्योंकि दूसरी सब तो इंपोर्टेंट चीज़ सारी लाइफ के ये है कि सारे को किसी अच्छे यू नो अच्छे लोगों का साथ हो, अच्छे लोगों की सपोर्ट हो, इतने अपन का ही साथ नहीं है। सो वजह फिर वो उलझन होर भी जिदा ज़्यादा बच जी हैगी है, क्योंकि नॉर्मली जो कोई रब ना करे कोई तकलीफ आए या कोई प्रॉब्लम आए लाइफ के, पर जो प्रॉब्लम देने वाले जे उ अपने हो फिर इंसान की करेगा। यू नो सो मैंने उलझन नज़र आ रही है कि मैं इन्नी चीज़ तुम्हें जरूर कहना चाहूँगी कि जी स्टैप तुम अपने वालों लै सकते हैं वो यही है कि इस वेले दे लई जे तुसी कोई नाग या मुंदरी पाई हुई हैगी, जे थोड़े घर के विच या थोड़े आस पास कोई प्रैशियस या सैमी प्रैशियस कोई स्टोन हैगा या फिलहाल तुसी उन्हों उतार दो, उन्हों साइड ते रख दो, क्योंकि वो थोड़े घर च होना थोड़े लिए लकी नहीं हैगा। या कोई इदा का शो पीस हो, कई बार जिदा कई लोगों के जो क्रिस्टल के शैंडलेयर होंगे या शो पीस होंगे आ, प्रॉपरली चैक करो क्योंकि थोड़े कार्ड्स विच ये चीज़ नज़र आ रही आ, है ना? क्योंकि बेटर यह हैगा कि जे तुसी उन्हां नूं किसी जिदा किसी चीज बॉक्स में पैक करके हजे तुसी थोड़े देर घर तो बाहर रख सकते कि जे थोड़े कोई गैरेज आ या कंजरवेटरी एरिया भी हैगा या कोई इदा एरिया कि जिते ज़्यादा तुसी नहीं जाते है उत्थे तुसी रख सकते है, ओदे नाल तुसी थानूं एकदम नहीं नहीं खास जिदा किसी किस्म का कोई क्रिस्टल हो जिदे विच कोई जैम स्टोन आ या सैमी प्रेशियस जैम स्टोन हैगा या वो चीज़ आता कि ना, ये थोड़े लिए बहुत इंपोर्टेंट आ। दूसरिया चीज़ें मैं थोड़ा रेकमेंड करूँगी जो कोई भी इदा कोई थोड़े कोई चीज़ हो जिदे उत्ते किसी एनीमल की या किसी जानवर की कोई जिदा शकल आ या कोई एनीमल प्रिंट आ या कोई वो उत्ते कोई एनीमल बाया हो या कोई चिड़ी हो या कोई शेर हो या कोई हाथी हो, कोई किसी भी किस्म का कोई जानवर पाया होवे, एनिमल प्रिंट्स या एनिमल का कोई डिजाइन होवे, वो भी थोड़े लिए इन्ना पॉजिटिव नहीं रहेगा। इनक्लूडिंग बेडशीट्स या थोड़े घर कोई होर चीज़ है टी टैल्स वगैरह, वो भी तुम मेक श्योर करना कि कोई एनिमल प्रिंट्स ना हो। जो फुल पाए हुए ठीक है, फिर लाइक ट्रीज लीव्स प्लांट्स वो ठीक है, कोई प्रॉब्लम नहीं, पर विच एनिमल्स ना हो, जिदा किसी किस्म की कोई मच्छी या कोई चिड़ी या कोई भी किसी भी डिजाइन एक दो
ਜਿੱਦਾਂ ਹੈਰਾਨਾ ਜਾਂ Yeah, they shouldn't be in your home because ਉਹਦੇ ਨਾਲ ਥੋੜੀ negative energy ਹੈ ਉਹ ਜ਼ਿਆਦਾ ਇਸ ਵੇਲੇ ਕਾਫ਼ੀ height ਤੇ ਕਾਫ਼ੀ strong ਆ ਤੇ ਸਭ ਤੋਂ ਪਹਿਲਾ ਸਟੈਪ ਤੁਹਾਨੂੰ ਇਹ ਕਰਨਾ ਪਊਗਾ ਕਿ ਉਸ ਨੈਗੇਟਿਵ ਐਨਰਜੀ ਨੂੰ ਥੋੜ੍ਹਾ ਜਿਹਾ ਵੀਕ ਕਰਨਾ ਪਊਗਾ ਕਿਉਂਕਿ ਨਹੀਂ ਤਾਂ ਹੁਣ ਜੇ ਤੁਸੀਂ ਕੁਛ ਵੀ ਕਰਨ ਦੀ ਕੋਸ਼ਿਸ਼ ਕਰੋਗੇ ਨਾ ਜੇ ਤੁਸੀਂ ਕਹੋਗੇ ਮੈਂ ਪਾਠ ਕਰਾਂ ਜਾਂ ਮੈਂ ਪ੍ਰੇ ਕਰਾਂ ਜਾਂ ਕੁਛ ਪੋਜ਼ਿਟਿਵ ਕਰਾਂ ਜਾਂ ਮੇਰੀ ਗੁੱਡ ਲੱਕ ਦੇ ਲਈ ਮੈਂ ਕੁਛ ਪਾਵਾਂ ਜਾਂ ਕੁਛ ਕਰਾਂ ਉਹਦਾ ਕੋਈ ਅਸਰ ਹੀ ਨਹੀਂ ਹੋਣਾ ਹੈਗਾ ਯੂਨੇ ਸੋ ਸਭ ਤੋਂ ਪਹਿਲਾਂ ਇਹ ਜ਼ਰੂਰੀ ਕਿ ਅਸੀਂ ਉਸ ਨੈਗੇਟਿਵਿਟੀ ਨੂੰ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਸ਼ਾਂਤ ਕਰੀਏ ਉਹਨੂੰ ਥੋੜ੍ਹਾ ਜਿਹਾ ਵੀਕ ਕਰੀਏ ਕਿ ਉਹ ਥੋੜ੍ਹੀ ਜਿਹੀ ਕਮਜ਼ੋਰ ਹੋ ਕਿਉਂਕਿ ਇਸ ਵੇਲੇ ਤਾਂ ਇਸ ਓਮਸ ਲਾਈਕ ਇਸ ਗੋਇੰਗ ਔਨ ਆਲ ਫੋਰ ਸਿਲਿੰਡਰਸ ਇਸ ਗੋਇੰਗ ਰੀਲੀ ਫੋਰਵਰਡ ਜੇ ਤਾਂ ਕਾਫੀ ਸਟਰੋਂਗ ਆ ਤੁਹਾਡੇ ਆਸ ਪਾਸ ਉਹ ਨੈਗੇਟਿਵ ਐਨਰਜੀ ਸੀ ਉਹਦਾ ਵੀਕ ਹੋਣਾ ਜੇ ਤੁਸੀਂ ਉਹਦੇ ਦੇ ਦੋਗੇ ਇਟ ਸਟਿਲ ਹੋਲਡਿੰਗ ਯੋਰ ਐਨਰਜੀ ਉਸ ਚੀਜ਼ ਦੇ ਵਿੱਚ ਹਜੇ ਵੀ ਤੁਹਾਡੀ ਐਨਰਜੀ ਹੈਗੀ ਆ ਤੇ ਜੇ ਤੁਸੀਂ ਉਹਨੂੰ ਨਹੀਂ ਨਹੀਂ ਜੇ ਤੁਸੀਂ ਉਹਨੂੰ ਬਿੰਚ ਸਿੱਟਾਂਗੇ ਜਾਂ ਤੁਸੀਂ ਸ਼ੋਪ ਦੇ ਵਿੱਚ ਦੇ ਦਾਂਗੇ ਉਹਦੇ ਨਾਲ ਕੀ ਹੋਊਗਾ ਕਿ ਉਹਦੇ ਵਿੱਚ ਹਜੇ ਵੀ ਤੁਹਾਡੀ ਨੈਗੇਟਿਵ ਐਨਰਜੀ ਆ ਤੇ ਜੇ ਅਸੀਂ ਨੈਗੇਟਿਵ ਐਨਰਜੀ ਵੰਡਦੇ ਹਾਂ ਉਹੀ ਸਾਨੂੰ 10 ਗੁਣਾ ਜਾ ਕੇ ਸਾਡੇ ਸਾਹਮਣੇ ਫੇਰ ਆ ਜਾਣੀ ਹੈਗੀ ਆ ਫਿਰ ਮੈਂ ਇਸ ਵੇਲੇ ਤੁਹਾਨੂੰ ਰੈਕਮੈਂਡ ਨਹੀਂ ਕਰੂੰਗੀ ਤਾਂ ਹੀ ਮੈਂ ਤੁਹਾਨੂੰ ਰੈਕਮੈਂਡ ਕੀਤਾ ਕਿ ਆਪਾਂ ਨੇ ਕਿਸੇ ਬੋਕਸ 'ਚ ਕਿਸੇ ਜਗ੍ਹਾ 'ਚ ਅਸੀਂ ਇੱਧਰ ਰੱਖ ਦੇਣੀ ਆ ਸਾਈਡ 'ਤੇ ਉਹ ਤੁਹਾਡੇ ਲਈ ਬੈਟਰ ਰਹੂਗਾ ਕਿਉਂਕਿ ਇਸ ਵੇਲੇ ਜੇ ਤੁਸੀਂ ਇਹਨੂੰ ਵੰਡਾਂਗੇ ਜਾਂ ਦਊਂਗੇ ਉਹ ਤੁਹਾਡੇ ਲਈ ਪੋਜ਼ਿਟਿਵ ਨਹੀਂ ਰਹੂਗਾ ਉਹਦੇ ਨਾਲ ਹੋਰ ਸਿਚੁਏਸ਼ਨ ਵਰਸ ਹੋ ਸਕਦੀ ਹੈਗੀ ਆ ਸੋ ਇਸ ਵੇਲੇ ਤਾਂ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਜਿੱਦਾਂ ਪੈਕ ਕਰਕੇ ਅਸੀਂ ਬੋਕਸ ਵਿੱਚ ਰੱਖ ਕੇ ਜਾਂ ਤਾਂ ਸ਼ੈੱਡ ਦੇ ਵਿੱਚ ਜਾਂ ਗੈਰੇਜ ਦੇ ਵਿੱਚ ਤੁਸੀਂ ਇਸ ਵੇਲੇ ਥੋੜ੍ਹੇ ਟਾਈਮ ਦੇ ਲਈ ਰੱਖ ਦਿਓ ਉਹ ਤੁਹਾਡੇ ਲਈ ਬੈਟਰ ਰਹੂਗਾ ਸੈਕਿੰਡਲੀ ਮੈਂ ਤੁਹਾਨੂੰ ਇਹ ਰੈਕਮੈਂਡ ਕਰੂੰਗੀ ਕਿ ਸ਼ਾਮ ਨੂੰ ਸੂਰਜ ਢਲੇ ਤੋਂ ਬਾਅਦ ਸੋ ਜਿਹੜਾ ਸਰ ਜਦੋਂ ਈਵਨਿੰਗ ਦਾ ਮੀਲ ਹੁੰਦਾ ਹੈਗਾ ਆ ਉਹਦੇ ਵਿੱਚ ਅਵੋਇਡ ਕਰੋ ਕਿ ਤੁਸੀਂ ਕੋਈ ਚਿੱਟੇ ਰੰਗ ਦੀ ਚੀਜ਼ ਜਾਂ ਕੋਈ ਪੀਲੇ ਰੰਗ ਦੀ ਚੀਜ਼ ਨਹੀਂ ਲੈਣੀ ਹੈਗੀ ਜਿੱਦਾਂ ਕਰੀ ਹੋ ਗਈ ਵਾਈਟ ਰਾਈਸ ਹੋ ਗਏ ਚਾਵਲ ਹੋ ਗਏ ਉਹਦੇ ਵਿੱਚ ਤੁਸੀਂ ਕੋਈ ਚੀਜ਼ ਮਿਕਸ ਕਰ ਲਓ ਕਿ ਜਿਹਨਾਂ ਉਹਦਾ ਰੰਗ ਥੋੜ੍ਹਾ ਜਿਹਾ ਬਦਲ ਜਾਵੇ ਦੁੱਧ ਜਾਂ ਦਹੀਂ ਉਹਦੇ ਵਿੱਚ ਕੁਛ ਮਿਕਸ ਕਰ ਲਓ ਕਿ ਜਿਹਨਾਂ ਉਹਦਾ ਕਲਰ ਥੋੜ੍ਹਾ ਜਿਹਾ ਚੇਂਜ ਹੋ ਜਾਵੇ ਪਰ ਵਾਈਟ ਨਾ ਹੋਵੇ ਨਹੀਂ ਪੀ ਉਹ ਫਿਰ ਹਲਦੀ ਫਿਰ ਪੀਲਾ ਰੰਗ ਹੋ ਗਿਆ ਚਿੱਟੇ ਜਾਂ ਪੀਲੇ ਰੰਗ ਦੀ ਚੀਜ਼ ਆਪਾਂ ਨੇ ਅਵੋਇਡ ਕਰਨੀ ਆ ਨਾ ਫਿਰ ਉਹਦੇ ਵਿੱਚ ਤੁਸੀਂ ਜਿੱਦਾਂ ਥੋੜ੍ਹੀ ਬਹੁਤ ਕਾਲੀ ਮਿਰਚ ਪਾ ਲਓ ਜਾਂ ਕੁਛ ਜਿਹਦੇ ਨਾਲ ਉਹਦਾ ਰੰਗ ਥੋੜ੍ਹਾ ਜਿਹਾ ਚੇਂਜ ਹੋ ਪੀਲਾ ਰੰਗ ਨਹੀਂ ਹੋਣਾ ਚਾਹੀਦਾ ਹੈਗਾ ਉਹਦਾ ਨਾ ਹੀ ਉਹਦਾ ਰੰਗ ਚਿੱਟਾ ਹੋਣਾ ਚਾਹੀਦਾ ਸਫੇਦ ਵਾਈਟ ਜਾਂ ਯੈਲੋ ਅਵੋਇਡ ਕਰੋ ਹੈ ਨਾ ਇਹ ਇੰਪੋਰਟੈਂਟ ਹੈ ਚਾਹੇ ਪ੍ਰਸ਼ਾਦ ਕਿਉਂ ਨਾ ਹੋਵੇ ਪਰ ਜੇ ਜਿੱਦਾਂ ਉਹਦੇ ਵਿੱਚ ਵਾਈਟ ਜਾਂ ਯੈਲੋ ਕਲਰ ਆ ਉਹਨੂੰ ਜੇ ਅਸੀਂ ਆਪਾਂ ਅਵੋਇਡ ਕਰੀਏ ਥੋੜ੍ਹੀ ਦੇਰ ਦੇ ਲਈ ਉਹ ਤੁਹਾਡੇ ਲਈ ਜ਼ਿਆਦਾ ਬੈਟਰ ਰਹੂਗਾ ਬਾਕੀ ਤੁਸੀਂ ਮੈਨੂੰ ਦੱਸੋ ਤੁਸੀਂ ਕੋਈ ਪਾਠ ਕਰਦੇ ਆ ਓਕੇ ਦੈਨ ਫਿਰ ਉਸ ਰੀਜ਼ਨ ਮੈਂ ਤੁਹਾਨੂੰ ਇੰਨੀ ਚੀਜ਼ ਜ਼ਰੂਰ ਰੈਕਮੈਂਡ ਕਰੂੰਗੀ ਕਿ ਜਦ ਵੀ ਤੁਹਾਨੂੰ ਮੌਕਾ ਮਿਲਿਆ ਡੈਫੀਨੇਟਲੀ ਤੁਸੀਂ ਇੱਕ ਵਾਰ ਮੈਂ ਨਾ ਔਫਿਰ ਗੱਲ ਕਰ ਲੈਣਾ ਫਿਰ ਮੈਂ ਤੁਹਾਡੀ ਡੀਟੇਲ ਰੀਡਿੰਗ ਤੁਹਾਡੇ ਲਈ ਕਰ ਦੂੰਗੀ ਵੰਸ ਆਫ ਡਨ ਯੂ ਡੀਟੇਲ ਰੀਡਿੰਗ ਫਿਰ ਮੈਂ ਤੁਹਾਡੀ ਅੱਗੇ ਹੈਲਪ ਕਰ ਸਕੂੰਗੀ ਪਰ ਜਿਹੜੀਆਂ ਚੀਜ਼ਾਂ ਦਾ ਮੈਂ ਤੁਹਾਨੂੰ ਮੈਨਸ਼ਨ ਕੀਤਾ ਹੈ ਨਾ ਉਹਨਾਂ ਨੂੰ ਤੁਸੀਂ ਜਿੱਦਾਂ ਚੈਰਿਟੀ ਨੂੰ ਨਾ ਹਜੇ ਦਈਓ ਜਾਂ ਬਿੰਚ ਨਾ ਸਿੱਟੀਓ ਜਾਂ ਕਿਸੇ ਨੂੰ ਵੰਡੀਓ ਜਾਂ ਦਈਓ ਨਾ ਹਜੇ ਜਦ ਤੱਕ ਸਾਡੀ ਔਫਿਰ ਗੱਲ ਨਹੀਂ ਹੋ ਜਾਂਦੀ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਕਿ ਤੁਸੀਂ ਉਹਨਾਂ ਨਾਲ ਕੀ ਕਰ ਸਕਦੇ ਹੈਗੇ ਆ ਕਿਉਂਕਿ ਇਸ ਵੇਲੇ ਤੁਹਾਡੀ ਐਨਰਜੀ ਬਹੁਤ ਨੈਗੇਟਿਵ ਆ ਇਸ ਵੇਲੇ ਮੈਂ ਇਹ ਵੀ ਨਹੀਂ ਰੈਕਮੈਂਡ ਕਰ ਸਕਦੀ ਹੈਗੀ ਕਿ ਤੁਸੀਂ ਆਹ ਕਲਰ ਪਾਓ ਜਾਂ ਆਹ ਨੰਬਰ ਤੁਹਾਡਾ ਲੱਕੀ ਨੰਬਰ ਆ ਕਿਉਂਕਿ ਇਸ ਵੇਲੇ ਤੁਹਾਡੀ ਐਨਰਜੀ ਕਾਫ਼ੀ ਜ਼ਿਆਦਾ ਟੈਂਸ ਆ ਕਾਫ਼ੀ ਨੈਗੇਟਿਵ ਆ ਫਿਰ ਇਸ ਵੇਲੇ ਜੇ ਤੁਸੀਂ ਕੁਛ ਅੱਛੇ ਦੇ ਲਈ ਵੀ ਕਰਨ ਦੀ ਕੋਸ਼ਿਸ਼ ਕਰੋਗੇ ਤੁਸੀਂ ਨੋਟਿਸ ਕਰੋਗੇ ਤੁਸੀਂ ਪਿੱਛੇ ਨੂੰ ਜਾ ਰਹੇ ਆ ਜੇ ਤੁਸੀਂ ਕੋਈ ਮੈਂ ਤੁਹਾਨੂੰ ਕੋਈ ਪਾਠ ਵੀ ਕਹਿਵਾਂ ਕਰਨ ਨੂੰ ਜਾਂ ਕੋਈ ਪ੍ਰੇਅਰ ਦੇਵਾਂ ਕਰਨ ਨੂੰ ਉਹ ਵੀ ਤੁਸੀਂ ਜੇ ਤੁਸੀਂ ਕਰਾਂਗੇ ਆਪਣੇ ਵੱਲੋਂ ਅੱਛੇ ਦੇ ਲਈ ਪਰ ਤੁਸੀਂ ਨੋਟਿਸ ਕਰੋਗੇ ਕਿ ਤੁਸੀਂ ਹੋਰ ਪਿੱਛੇ ਨੂੰ ਜਾ ਰਹੇ ਆ ਇਹਨੇ ਸੋ ਇੱਦਾਂ ਦੀ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਹੈਗੀ ਸੋ ਜਿਹੜੀ ਆ ਨੈਗੇਟਿਵ ਐਨਰਜੀ ਤੁਹਾਡੇ ਆਸ ਪਾਸ ਮੈਨੂੰ ਨਜ਼ਰ ਆ ਰਹੀ ਕਾਫ਼ੀ ਸਟਰੋਂਗ ਆ ਕਾਫ਼ੀ ਇੰਟੈਂਸ ਆ ਅਤੇ ਸਭ ਤੋਂ ਪਹਿਲਾਂ ਇਹਦਾ ਵੀਕ ਹੋਣਾ ਜ਼ਰੂਰੀ ਆ ਜਿਹੜੇ ਮੈਂ ਤੁਹਾਨੂੰ ਹੁਣ 3-4 ਸਟੈਪ ਦਿੱਤੇ ਆ ਇਹਦੇ ਨਾਲ ਉਹਦੇ ਵਿੱਚ ਥੋੜ੍ਹੀ ਬਹੁਤ ਤਾਂ ਵੀਕਨੈਸ ਆਊਗੀ ਪਰ ਉਹ ਇੱਕਦਮ ਜਾਊਗੀ ਨਹੀਂ ਪਰ ਜਾਣ ਦੇ ਲਈ ਉਹ ਤਾਂ ਪਿੱਛਾ ਛੁਰਾਉਣ ਦੇ ਲਈ ਡੈਫੀਨੇਟਲੀ ਤੁਸੀਂ ਮੇਰੇ ਨਾਲ ਜਦ ਵੀ ਤੁਹਾਨੂੰ ਮੌਕਾ ਮਿਲਿਆ ਮੇਰੇ ਨਾਲ ਤੁਸੀਂ ਔਫਿਰ ਗੱਲ ਕਰ ਲੈਣਾ ਜਿਸ ਵੇਲੇ ਤੁਸੀਂ ਆਪਣੇ ਘਰ ਦੇ ਵਿੱਚ ਉਹ ਚੀਜ਼ਾਂ ਹਟਾਓਗੇ ਹੋ ਸਕਦਾ ਕਿ ਤੁਹਾਨੂੰ ਆਪਣੇ ਘਰ ਦੇ ਵਿੱਚ ਕੁਛ ਹੋਰ ਵੀ ਇੱਦਾਂ ਦਾ ਸਮਾਨ ਮਿਲੇ ਜਿਹੜਾ ਨਹੀਂ ਹੋਣਾ ਚਾਹੀਦਾ ਹੈਗਾ ਹੋ ਸਕਦਾ ਕਿ ਉਹ ਸਮਾਨ ਤੁਸੀਂ ਖੁਦ ਨਾ ਉੱਥੇ ਰੱਖਿਆ ਹੋਵੇ ਤੁਹਾਨੂੰ ਪਤਾ ਵੀ ਨਾ ਹੋਵੇ ਕਿ ਆਇਆ ਕਿੱਥੋਂ ਆ ਜੇ ਤੁਹਾਨੂੰ ਆਪਣੇ ਘਰ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਰਾਖ ਜਾਂ ਵਭੂਤੀ ਮਿਲਦੀ ਹੈਗੀ ਆ ਕਿਸੇ ਬੋਤਲ ਦੇ ਵਿੱਚ ਪਾਣੀ ਮਿਲਦਾ ਤੁਹਾਨੂੰ ਲੱਗਦਾ ਕਿ ਅੰਮ੍ਰਿਤ ਹੋਊਗਾ ਜਾਂ ਜਲ ਹੋਊਗਾ ਉਸ ਚੀਜ਼ ਨੂੰ ਵੀ ਤੁਸੀਂ ਇਸ ਵੇਲੇ ਜਿੱਦਾਂ ਉਸ ਸਾਰਾ ਸਮਾਨ ਤੁਸੀਂ ਇਕੱਠਾ ਤੁਸੀਂ ਗੈਰੇਜ ਵਿੱਚ ਸ਼ੈੱਡ ਦੇ ਵਿੱਚ ਹੀ ਰੱਖ ਲਈਓ ਅਤੇ ਜਦੋਂ ਸਾਡੀ ਔਫਿਰ ਗੱਲ ਹੋਊਗੀ ਮੈਂ ਤੁਹਾਨੂੰ ਦੱਸ ਦੂੰਗੀ ਕਿ ਤੁਸੀਂ ਉਹਦੇ ਨਾਲ ਕੀ ਕਰ ਸਕਦੇ ਹੈਗੇ ਆ ਕਿਉਂਕਿ ਤੁਹਾਡੇ ਘਰ ਦੇ ਵਿੱਚ ਮੈਨੂੰ ਡੈਫੀਨੇਟਲੀ ਨਜ਼ਰ ਆ ਰਿਹਾ ਕਿ ਕੁਛ ਇੱਦਾਂ ਦੀ ਟਰੈਪਡ ਨੈਗੇਟਿਵ ਐਨਰਜੀ ਹੈਗੀ ਆ ਕਿ ਜਿਹਦੀ ਵਜ੍ਹਾ ਦੇ ਨਾਲ ਉਹ ਨੈਗੇਟਿਵਿਟੀ ਸ਼ਾਂਤ ਨਹੀਂ ਹੋ ਰਹੀ ਇਸ ਵੇਲੇ ਉਹ ਬਹੁਤ ਉਹਦਾ ਅਸਰ ਬਹੁਤ ਸਟਰੋਂਗ ਆ ਤੁਹਾਡੀ ਲਾਈਫ ਦੇ ਵਿੱਚ ਤਾਂ ਹੀ ਕੋਈ ਕੰਮ ਬਣ ਹੀ ਨਹੀਂ ਰਿਹਾ ਕੋਈ ਗੱਲ ਹੋ ਹੀ ਨਹੀਂ ਰਹੀ ਜਿਸ ਵੇਲੇ ਵੀ ਤੁਹਾਨੂੰ ਇੱਦਾਂ ਲੱਗੇ ਨਾ ਕਿ ਮੈਨੂੰ ਸਹੀ ਰਸਤਾ ਨਜ਼ਰ ਆ ਰਿਹਾ
ਇਹਨੇ ਸੇ ਇਹ ਤੋਂ ਪਹਿਲਾਂ ਕਿ ਤੁਸੀਂ ਸਲਿਊਸ਼ਨ ਵੱਲ ਦੇਖੋ ਤੁਹਾਡੇ ਮਨ ਦੇ ਵਿੱਚ ਆ ਜਾਣਾ ਕਿ ਇਹਦੀ ਅੱਗੇ ਪ੍ਰੋਬਲਮ ਕਿਹੜੀ ਆ ਸਕਦੀ ਆ ਰਾਦਰ ਦੈਨ ਟੇਕਿੰਗ ਦ ਰਾਈਟ ਸਟੈਪ ਤੁਹਾਡੇ ਮਨ ਦੇ ਵਿੱਚ ਇਹ ਆਊਗਾ ਕਿ ਜਿੱਦਾਂ ਜੇ ਕੋਈ ਤੁਹਾਨੂੰ ਕੋਈ ਪਾਠ ਵੀ ਕਹੇ ਕਰਨ ਨੂੰ ਤੁਹਾਡੇ ਮਨ ਦੇ ਵਿੱਚ ਆਊਗਾ ਪਰ ਮੇਰੇ ਕੋਲ ਟਾਈਮ ਨਹੀਂ ਹੋਊਗਾ ਮੇਰੇ ਕੋਲ ਕਰ ਨਹੀਂ ਹੋਣਾ ਜਿੱਦਾਂ ਮਨ ਦੇ ਵਿੱਚ ਐਕਸਕਿਊਜ਼ ਆਉਣੇ ਸ਼ੁਰੂ ਹੋ ਜਾਣੇ ਅਤੇ ਉਹ ਤਾਂ ਨਹੀਂ ਆਉਣੇ ਕਿਉਂਕਿ ਤੁਸੀਂ ਬਹਾਨੇ ਬਣਾ ਰਹੇ ਹੋ ਤਾਂ ਨਹੀਂ ਕਿਉਂਕਿ ਉਹ ਜਿਹੜੀ ਨੈਗੇਟਿਵ ਐਨਰਜੀ ਆ ਉਹ ਜਾਣਾ ਨਹੀਂ ਚਾਹੁੰਦੀ ਫਿਰ ਉਹ ਬਹਾਨੇ ਬਣਾਊਗੀ ਤੁਹਾਡੇ ਕੋਲ ਹਿੰਮਤ ਹੀ ਨਹੀਂ ਹੋਣੀ ਹੈਗੀ ਕਿ ਮੈਂ ਕੰਮ ਕਰ ਸਕਾਂ ਜਾਂ ਚੀਜ਼ ਕਰ ਸਕਾਂ ਕਿ ਜਿਹਦੇ ਨਾਲ ਮੈਂ ਤੋਂ ਪਿੱਛਾ ਛੁਰਾਵਾਂ ਸੋ ਕਿਉਂਕਿ ਉਹ ਨੈਗੇਟਿਵ ਐਨਰਜੀ ਇਸ ਵੇਲੇ ਕਾਫੀ ਜ਼ਿਆਦਾ ਸਟਰੋਂਗ ਹੈਗੀ ਆ ਸੋ ਮੈਨੂੰ ਨਹੀਂ ਲੱਗਦਾ ਕੋਈ ਰਾਖ ਜਾਂ ਕੁਛ ਵੀ ਸਾਡੇ ਘਰ ਯਾ ਤੁਸੀਂ ਪ੍ਰੋਪਰਲੀ ਘਰ ਦੀ ਸਫਾਈ ਕਰੋ ਜਿਸ ਹਿਸਾਬ ਨਾਲ ਤੁਹਾਡੀ ਰੀਡਿੰਗ ਆਈ ਹੈਗੀ ਆ ਮੈਨੂੰ ਇਹ ਚੀਜ਼ ਨਜ਼ਰ ਆ ਰਹੀ ਹੈਗੀ ਕਿ ਕੋਈ ਟ੍ਰੈਪਡ ਐਨਰਜੀ ਹੈ ਜਦੋਂ ਤੁਸੀਂ ਮੇਰੇ ਨਾਲ ਔਫਿਰ ਗੱਲ ਕਰਾਂਗੇ ਮੈਂ ਤੁਹਾਡੇ ਲਈ ਇਹੀ ਰੈਕਮੈਂਡ ਕਰੂੰਗੀ ਕਿ ਜਿਹੜੀ ਸਭ ਤੋਂ ਬੈਸਟ ਰੀਡਿੰਗ ਹੁੰਦੀ ਹੈ ਮੇ ਬੀ ਅ ਸਾਈਕਿਕ ਰੀਡਿੰਗ ਜਿਹੜੀ ਤੁਹਾਡੀ ਬੈਸਟ ਹੋਊਗੀ ਕਿਉਂਕਿ ਉਹਦੇ ਨਾਲ ਸਾਨੂੰ ਪੱਕਾ ਪਤਾ ਲੱਗ ਜਾਊਗਾ ਐਗਜੈਕਟਲੀ ਕਿਹੜੀ ਜਗ੍ਹਾ 'ਤੇ ਪਈ ਆ ਯੂ ਨੋ ਦੈਨ ਇਟ ਵਿਲ ਸੇਵ ਯੂ ਕਾਈਂਡ ਆਫ ਰਨਿੰਗ ਅਰਾਊਂਡ ਦ ਹਾਊਸ ਹੈਜ਼ ਟ੍ਰਾਇੰਗ ਟੂ ਫਾਈਂਡ ਕਿ ਪਤਾ ਨਹੀਂ ਕਿਹੜੀ ਜਗ੍ਹਾ 'ਤੇ ਆ ਪਤਾ ਨਹੀਂ ਕਿੱਥੇ ਆ ਇੱਥੇ ਨਾ ਹੋਵੇ ਤਾਂ ਨਾ ਫਿਰ ਉਹਦੇ ਨਾਲ ਸਾਨੂੰ ਜਿੱਦਾਂ ਜ਼ਿਆਦਾ ਸਾਨੂੰ ਡੀਟੇਲ ਦੇ ਵਿੱਚ ਸਾਨੂੰ ਪਤਾ ਲੱਗ ਜਾਊਗਾ ਐਗਜੈਕਟਲੀ ਮੈਂ ਤੁਹਾਨੂੰ ਕਹਿ ਸਕਦੀ ਹਾਂ ਕਿ ਤੁਸੀਂ ਇਸ ਜਗ੍ਹਾ 'ਤੇ ਤੁਸੀਂ ਦੇਖੋ ਇੱਥੇ ਪਈ ਹੈਗੀ ਹੈ ਫਿਰ ਤੁਸੀਂ ਉਸੇ ਵੇਲੇ ਤੁਸੀਂ ਉਹਨੂੰ ਰਿਮੂਵ ਕਰ ਸਕਦੇ ਹੈਗੇ ਆ ਪਰ ਡੈਫੀਨੇਟਲੀ ਜਦ ਵੀ ਮੌਕਾ ਮਿਲੇ ਮੈਂ ਨਾ ਉਹ ਫਿਰ ਗੱਲ ਕਰ ਲੈਣਾ ਚਾਹੇ ਮੇਰੀ ਟੀਮ ਨਾਲ ਤੁਸੀਂ ਹੁਣੀ ਗੱਲ ਕਰ ਲਓ ਉਹ ਸਾਡੇ ਲਈ ਡੇਟ ਟਾਈਮ ਵਗੈਰਾ ਅਰੇਂਜ ਕਰ ਦੇਣਗੇ ਇਹਨਾਂ 02036056784 ਹਾਂਜੀ ਦੱਸ ਦਵਾਂ ਹਾਉ ਫਿਰ ਆਈ ਸਪੀਕ ਟੂ ਯੂ ਵੈਰੀ ਸੂਨ ਹੈ ਨਾ ਥੈਂਕ ਯੂ ਗੋਡ ਬਲੈਸ ਯੂ ਬਾਏ ਅਤੇ ਰੱਬ ਕਰੇ ਕਿ ਸਾਰਿਆਂ ਦੀ ਲਾਈਫ 'ਚ ਪੋਜ਼ਿਟਿਵ ਐਨਰਜੀ ਆਵੇ ਰੱਬ ਨਾ ਕਰੇ ਕਿ ਤੁਹਾਡੇ ਘਰ ਪਰਿਵਾਰ 'ਚ ਵੀ ਕੋਈ ਵੀ ਪ੍ਰੋਬਲਮ ਚੱਲ ਰਹੀ ਆ ਕੋਈ ਵੀ ਉਲਝਣ ਚੱਲ ਰਹੀ ਆ ਡੋਂਟ ਲੀਵ ਇਟ ਟੂ ਲੇਟ ਡੋਂਟ ਡਿਲੇ ਗੈਟ ਇਨ ਟੱਚ ਵਿਦ ਮੀ ਸੋ ਆਈ ਕੈਨ ਹੈਲਪ ਯੂ ਚਲੋ ਹੁਣ ਮੈਂ ਜਾ ਰਹੀ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਈ ਸੀ At Like a Mobile, we do things your way. Buy a new SIM with our UK plan Ultra online and enjoy 15 gigabytes of ultra-fast 4G data and unlimited UK minutes and texts. All of this for the low price of just £12 for 30 days. This 50% off contract-free offer is available on our 4G LTE UK network. Don't miss out on this exclusive opportunity. Visit likeamobile.co.uk today. Terms and conditions apply. Your data, your way. Like a Mobile. Hilton Hyde, West London ke sabse shandar hotels mein se ek, with 303 air conditioned rooms and suites, one of the largest banquet spaces in London, meeting room for up to 1200 people, conferences, musical function, weddings ya koi bhi gathering. मनपसंद भोजन शानदार आयोजन और बेहतरीन वेन्यू 400 गाड़ियों की पार्किंग के साथ हिस्टन हाइट फॉर बुकिंग्स कॉल 0208-572-1818 प्योर हेवन नॉन अल्कोहलिक सेलिब्रेशन ड्रिंक्स ऑल द फन विदाउट द अल्कोहल प्योर हेवन मेक एवरी मोमेंट Sparkling moment. Now available at selected Tesco stores and Amazon. Namaskar, hello, this is Sonu, Sonu Nigam, and you're watching Kismat Karma with Arti. ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਬ੍ਰੇਕ ਪਸੰਦ ਆਇਆ ਹੋਊਗਾ ਤੁਹਾਨੂੰ ਸਾਨੂੰ ਯਾਦ ਦਿਲਾ ਦਿਓ ਜੇ ਤੁਸੀਂ ਹਜੇ ਵੀ ਲਾਈਵ ਇੰਟਰੈਕਟਿਵ ਸ਼ੋਅ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੈਗੇ ਆ ਡੈਫੀਨੇਟਲੀ ਗਿਵ ਮੀ ਅ ਕੋਲ ਜਿੰਨੀ ਵੀ ਮੇਰੇ ਕੋਲ ਹੋ ਸਕੇ ਤੁਹਾਡੀ ਮਦਦ ਤੁਹਾਡੀ ਹੈਲਪ ਜ਼ਰੂਰ ਕਰੂੰਗੀ ਆਈ ਡੂ ਮਾਈ ਐਬਸੋਲੂਟ ਬੈਸਟ ਟੂ ਹੈਲਪ ਯੂ ਇਨ ਐਵਰੀ ਵੇ ਆਈ ਕੈਨ ਯਾਦ ਰੱਖਣਾ ਕਿ ਇਹ ਲਾਈਵ ਸ਼ੋਅ ਮੈਂ ਸਿਰਫ ਤੁਹਾਡੀ ਖਾਤਰ ਕਰਨ ਆਉਂਦੀ ਹੈਗੀ ਹਾਂ ਜਿਹੜੀ ਵੀ ਗੱਲ ਤੁਸੀਂ ਮੇਰੇ ਤੋਂ ਪੁੱਛਣਾ ਚਾਹੁੰਦੇ ਹੈਗੇ ਆ ਹੁਣ ਹੀ ਪੁੱਛ ਲਓ ਫਿਰ ਨਾ ਕਹੀਓ ਕਿ ਆਰਤੀ ਜੀ ਮੌਕਾ ਨਹੀਂ ਮਿਲਿਆ ਚਾਂਸ ਨਹੀਂ ਮਿਲਿਆ ਕੋਈ ਬਹਾਨਾ ਨਾ ਬਣਾਇਓ ਆਈ ਡੂ ਮਾਈ ਐਬਸੋਲੂਟ ਬੈਸਟ ਟੂ ਹੈਲਪ ਯੂ ਇਨ ਐਵਰੀ ਵੇ ਆਈ ਕੈਨ ਬਟ ਆਈ ਕੈਨ ਓਨਲੀ ਹੈਲਪ ਯੂ ਇਫ ਯੂ ਕਮਿਊਨੀਕੇਟ ਵਿਦ ਮੀ ਜਦ ਤੱਕ ਤੁਸੀਂ ਮੈਨੂੰ ਕਹਿੰਦੇ ਨਹੀਂ ਆ ਦੱਸਦੇ ਨਹੀਂ ਹੈਗੇ ਕਿ ਆਰਤੀ ਜੀ ਆਹ ਉਲਝਣ ਆ ਜਾਂ ਆਹ ਪ੍ਰੋਬਲਮ ਆ ਉਦੋਂ ਤੱਕ ਕੁਛ ਨਹੀਂ ਹੋ ਸਕਦਾ ਹੈਗਾ ਗੈਟ ਇਨ ਟੱਚ ਵਿਦ ਮੀ ਸੋ ਆਈ ਕੈਨ ਹੈਲਪ ਯੂ ਓਨੈਸਟਲੀ ਯਾਦ ਰੱਖਣਾ ਕਿ ਅੱਜ ਦਾ ਸ਼ੋਅ ਤੁਹਾਡੇ ਸਾਹਮਣੇ 1 ਵਜੇ ਤੱਕ ਰਹੂਗਾ ਪਰ ਜੇ ਤੁਸੀਂ ਮੇਰੇ ਨਾਲ ਆਫ ਏਅਰ ਗੱਲ ਕਰਨਾ ਚਾਹੁੰਦੇ ਆ ਪਰਸਨਲੀ ਆ ਕੇ ਮਿਲਣਾ ਚਾਹੁੰਦੇ ਹੈਗੇ ਆ ਤੇ ਉਹਦੇ ਲਈ ਤੁਸੀਂ ਪ੍ਰੀ ਬੁਕਿੰਗ ਦੇ ਨੰਬਰ ਦੇ ਉੱਤੇ ਕਿਸੇ ਵੀ ਵੇਲੇ ਫੋਨ ਕਰ ਲਓ ਸਵੇਰ ਨੂੰ 7 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਫੋਨ ਲਾਈਨਸ ਓਪਨ ਰਹਿੰਦੀਆਂ ਨੇ ਗਿਵ ਮਾਈ ਟੀਮ ਅ ਕੋਲ ਸਪੀਕ ਟੂ ਦੈਮ
ਉਹ ਤੁਹਾਡੇ ਲਈ ਡੇਟ ਟਾਈਮ ਅਰੇਂਜ ਕਰ ਦੇਣਗੇ, ਫਿਰ ਉਸ ਦਿਨ ਉਸ ਡੇਟ ਉਸ ਟਾਈਮ 'ਤੇ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੈਗੇ ਆ, ਜਾਂ ਮੇਰੇ ਨਾਲ ਗੱਲ ਕਰ ਸਕਦੇ ਹਨ। ਆਈ ਦ ਵੇ ਅਲਟੀਮੇਟ ਬੈਸਟ ਹੈ ਹੈਲਪ ਹੀ, ਫੋਨ 'ਤੇ ਗੱਲ ਕਰਨੀ ਆ ਕੇ ਮਿਲਣਾ ਆ, ਸਕਾਈਪ ਰਾਹੀਂ ਗੱਲ ਕਰਨੀ ਆ, ਵਟਐਵਰ ਇਜ਼, ਜਿੰਨੀ ਵੀ ਮੇਰੇ ਕੋਲ ਹੋ ਸਕੇ ਮੈਂ ਤੁਹਾਡੀ ਮਦਦ ਜ਼ਰੂਰ ਕਰੂੰਗੀ। ਬਿਕੋਜ਼ ਐਟ ਦੀ ਐਂਡ ਆਫ ਦ ਡੇ ਦੈਟਸ ਵਾਈ ਆ ਕਮ ਹੈ, ਕਿ ਮੈਂ ਤੁਹਾਡੀ ਹੈਲਪ ਕਰ ਸਕਾਂ, ਤੁਹਾਡੀ ਮਦਦ ਕਰ ਸਕਾਂ। ਜੇ ਤੁਹਾਡੀ ਲਾਈਫ 'ਚ ਕੋਈ ਉਲਝਣ ਹੈਗੀ ਆ, ਕੋਈ ਪ੍ਰੋਬਲਮ ਹੈਗੀ ਆ, ਫਿਕਰ ਨਾ ਕਰੋ, ਫਿਕਰ ਕਰਨ ਦਾ ਕੋਈ ਅਵਾਰਡ ਨਹੀਂ ਮਿਲਣਾ ਹੈਗਾ। ਜੇ ਕੋਈ ਉਲਝਣ ਹੈਗੀ ਆ, ਲੈਟਸ ਸੋਰਟ ਇਟ ਆਊਟ, ਐਂਡ ਇਫ ਟੁਡੇ ਇਜ਼ ਦ ਡੇ ਦੈਟ ਵੀ ਕੈਨ ਸੋਰਟ ਇਟ ਆਊਟ, ਦੈਨ ਵਾਈ ਨੋ, ਵਾਈ ਵੇਟ। ਜੇ ਮੇਰੇ ਕੋਲ ਹੋ ਸਕੇ ਮੈਂ ਤੁਹਾਡੀ ਮਦਦ ਜ਼ਰੂਰ ਕਰੂੰਗੀ, ਪਰ ਰਿਮੈਂਬਰ ਇਟਸ ਟੀਮ ਵਰਕ, ਵੈਨ ਵੀ ਵਰਕ ਟੁਗੈਦਰ ਦੈਟਸ ਵੈਨ ਮਿਰੇਕਲਸ ਹੈਪਨ। ਚਲੋ ਸਿੱਧਾ ਚੱਲਦੇ ਹਾਂ ਆਪਣੇ ਅਗਲੇ ਕਾਲਰ ਦੇ ਕੋਲ। ਹੈਲੋ ਜੀ। ਹੈਲੋ, ਹਾਂਜੀ, ਗੁੱਡ ਆਫਟਰਨੂਨ। ਗੁੱਡ ਆਫਟਰਨੂਨ ਜੀ, ਮੈਂ ਜਿਹੜੇ ਆਪਣੇ ਹਾਲਤ ਬਾਸ਼ਤੇ ਤੇ ਜੋਬ ਬਾਸ਼ਤੇ ਪੁੱਛਣਾ ਜੀ, ਪਲੀਜ਼। ਹਾਂਜੀ, ਜ਼ਰੂਰ ਜ਼ਰੂਰ, ਡੈਫੀਨੇਟਲੀ। ਤੇ ਤੁਸੀਂ ਜੋਬ ਕਰ ਰਹੇ ਹੋ ਜੀ ਇਸ ਵੇਲੇ? ਹਾਂਜੀ ਹਾਂਜੀ ਹਾਂਜੀ। ਤੇ ਜੋਬ ਦੇ ਬਾਰੇ ਕੀ ਪੁੱਛਣਾ ਚਾਹ ਰਹੇ ਸੀ ਤੁਸੀਂ? ਕਿੱਦਾਂ ਠੀਕ ਜਾਊਗੀ, ਗੁੱਡ ਹੈਲਥ ਕਿੱਦਾਂ, ਚੰਗੀ ਸਿਹਤ ਰਹੂਗੀ? ਅੱਛਾ, ਦੇਖੋ ਹੈਲਥ ਦੇ ਬਾਰੇ 'ਚ ਤਾਂ ਸਾਨੂੰ ਦੱਸਣਾ ਮਨਾ ਹੈਗਾ ਆ, ਅਨਫੋਰਚੁਨੇਟਲੀ ਅਸੀਂ ਦੱਸ ਨਹੀਂ ਸਕਦੇ ਸ਼ੋਅ ਦੇ ਵਿੱਚ, ਪਰ ਮੈਂ ਤੁਹਾਡੀ ਜੋਬ ਦੇ ਬਾਰੇ 'ਚ ਸਾਰੀ ਹੈਲਪ ਜ਼ਰੂਰ ਕਰ ਦੂੰਗੀ, ਹੈ ਨਾ। ਅਤੇ ਤੁਸੀਂ ਇੱਦਾਂ ਕਰਨਾ, ਇਹੋ ਹੀ ਗੱਲ ਤੁਸੀਂ ਆਪਣੇ ਮਨ ਦੇ ਵਿੱਚ ਰੱਖਣਾ, ਮੈਨੂੰ ਸਟੋਪ ਕਹਿ ਦੇਣਾ, ਮੈਂ ਕਾਰਡ ਦੇ ਕੇ ਤੁਹਾਨੂੰ ਦੱਸ ਦਿੰਦੀ ਹਾਂ। ਸ਼ੁਰੂ ਕਰਦੀ ਹਾਂ ਜੀ। ਅੱਛਾ ਜੀ, ਆ ਹੋ ਗਿਆ ਪਹਿਲਾ ਕਾਰਡ ਤੁਹਾਡਾ, ਅਤੇ ਇੱਕ ਵਾਰੀ ਹੋਰ ਕਹਿ ਦੇਣਾ ਪਲੀਜ਼। ਅੱਛਾ ਜੀ, ਆ ਹੋ ਗਿਆ ਦੂਸਰਾ ਕਾਰਡ, ਅਤੇ ਇੱਕ ਵਾਰੀ ਹੋਰ ਕਹਿ ਦੇਣਾ ਪਲੀਜ਼। ਅੱਛਾ, ਆ ਹੋ ਗਿਆ ਤਿੰਨ ਕਾਰਡ ਤੁਹਾਡੀ। ਮੈਂ ਤਾਂ ਕਰਦੀ ਹਾਂ ਕੁਛ ਐਕਸਟਰਾ ਕਾਰਡਸ ਵੀ ਤੁਹਾਡੀ ਕਰਦੀ ਹਾਂ, ਕਿ ਥੋੜ੍ਹਾ ਜਿਹਾ ਮੈਂ ਡੀਟੇਲਸ ਤੁਹਾਨੂੰ ਦੱਸ ਸਕਾਂ। ਇੱਕ ਸੈਕਿੰਡ, ਮੈਂ ਚੈੱਕ ਕਰਦੀ ਹਾਂ। ਹਾਂਜੀ, ਦੇਖੋ ਮੈਂ ਤੁਹਾਡੇ ਕਾਰਡਸ ਕੱਟ ਲਏ ਹੁਣ, ਜਿਸ ਹਿਸਾਬ ਨਾਲ ਤੁਹਾਡੇ ਕਾਰਡਸ ਆਏ ਹੈ ਨਾ, ਇੰਨੀ ਚੀਜ਼ ਤੁਹਾਨੂੰ ਜ਼ਰੂਰ ਮੈਂ ਕਹਿਣਾ ਚਾਹੂੰਗੀ ਕਿ ਤੁਹਾਡੀ ਲਾਈਫ ਦੇ ਵਿੱਚ ਟਰੈਪਡ ਐਨਰਜੀ ਕਾਫੀ ਜ਼ਿਆਦਾ ਟਾਈਮ ਤੋਂ ਹੀ ਆ। ਇਹਦਾ ਮਤਲਬ ਇਹ ਆ ਕਿ ਕਾਫੀ ਟਾਈਮ ਤੋਂ ਜਦ ਵੀ ਤੁਸੀਂ ਸੋਚਦੇ ਨਾ, ਮਤਲਬ ਕੋਈ ਕੰਮ ਇੱਦਾਂ ਕਰੂੰਗਾ ਜਾਂ ਇੰਨੀ ਚੀਜ਼ ਪੂਰਾ ਕਰ ਲੈਣਾ ਹੈਗਾ, ਉਹ ਹੋ ਹੀ ਨਹੀਂ ਪਾਉਂਦਾ। ਕਿ ਈਵਨ ਇਫ ਯੂ ਗੇਟ ਫਰੋਮ ਏ ਟੂ ਬੀ, ਉਹਦੇ ਵਿੱਚ ਪਹਿਲਾਂ ਤਾਂ ਉਲਝਣਾਂ ਇੰਨੀਆਂ ਆਉਣਗੀਆਂ, ਇੰਨੀ ਇਸ਼ੂਜ਼ ਆਉਣਗੀਆਂ, ਫਿਰ ਕਿਤੇ ਕੀ ਗੱਲ ਬਣੂਗੀ, ਪਰ ਸਟਰਗਲ ਬਹੁਤ ਜ਼ਿਆਦਾ ਹੈਗੀ ਆ। ਸੋ ਇਸ ਸਟਰਗਲ ਨੂੰ ਦੂਰ ਕਰਨ ਦੇ ਲਈ ਮੈਂ ਤੁਹਾਨੂੰ ਸਭ ਤੋਂ ਪਹਿਲੀ ਚੀਜ਼ ਤਾਂ ਇਹੀ ਰੈਕਮੈਂਡ ਕਰੂੰਗੀ ਕਿ ਜਿੱਥੇ ਤੱਕ ਹੋ ਸਕੇ ਤੁਸੀਂ ਕੋਸ਼ਿਸ਼ ਕਰੋ ਕਿ ਆਪਣੀ ਬੋਡੀ ਦੇ ਉੱਪਰਲੇ ਹਿੱਸੇ ਦੇ ਉੱਤੇ ਤੁਸੀਂ ਨੀਲਾ ਜਾਂ ਕਾਲਾ ਰੰਗ ਅਵੋਇਡ ਹੀ ਕਰੋ। ਜੇ ਯੂਨੀਫੋਰਮ ਆ ਪਾਉਣੀ ਪੈਂਦੀ ਆ, ਫਿਰ ਜਿੰਨੇ ਕੁ ਚਿਰ ਦੇ ਲਈ ਅਸੀਂ ਜੋਬ 'ਤੇ ਹਾਂ ਜਾਂ ਕੰਮ 'ਤੇ ਜਾਂਦੇ ਹਾਂ, ਉਨੇ ਟਾਈਮ ਦੇ ਲਈ ਯੂਨੀਫੋਰਮ ਪਾ ਲਓ, ਫਿਰ ਬਾਅਦ 'ਚ ਆ ਕੇ ਤੁਸੀਂ ਉਹ ਕੱਪੜੇ ਆਪਣੇ ਚੇਂਜ ਕਰ ਲੈਂਦੇ ਹਾਂ। ਪਰ ਨਹੀਂ ਤਾਂ ਤੁਸੀਂ ਨੀਲਾ ਜਾਂ ਕਾਲਾ ਰੰਗ ਆਪਣੀ ਬੋਡੀ ਦੇ ਉੱਪਰਲੇ ਹਿੱਸੇ ਦੇ ਉੱਤੇ ਅਵੋਇਡ ਹੀ ਕਰੋ, ਅਤੇ ਤੁਹਾਡੇ ਲਈ ਬੈਟਰ ਰਹੂਗਾ। ਦੂਸਰੀ ਗੱਲ, ਮੈਂ ਤੁਹਾਨੂੰ ਇਹ ਜ਼ਰੂਰ ਰੈਕਮੈਂਡ ਕਰੂੰਗੀ ਕਿ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈਗਾ ਕਿ ਤੁਹਾਡੇ ਸਾਹਮਣੇ ਨਾ ਉਲਝਣਾਂ ਆਟੋਮੈਟਿਕਲੀ ਬਹੁਤ ਆਈ ਜਾਂਦੀਆਂ ਹੈਗੀਆਂ ਆ, ਅਤੇ ਉਲਝਣਾਂ ਵੀ ਇੱਦਾਂ ਆਉਂਦੀਆਂ ਕਿ ਜਿਹਦੇ ਵਿੱਚ ਦੇ ਨਾਲ ਸਾਡੇ ਫਾਈਨੈਂਸਿਸ ਸਟੇਬਲ ਨਹੀਂ ਰਹਿੰਦੇ ਜਾਂ ਲਾਈਫ ਦੇ ਵਿੱਚ ਸਟੇਬਿਲਿਟੀ ਨਹੀਂ ਹੈਗੀ ਜਿਹੜੀ ਹੋਣੀ ਚਾਹੀਦੀ ਹੈਗੀ ਆ। ਫਿਰ ਐਸ ਵੀ ਨਹੀਂ ਮੈਨੂੰ ਜੋਬ ਦੇ ਵਿੱਚ ਕੁਝ ਇਸ਼ੂਜ਼ ਨਜ਼ਰ ਆ ਰਹੇ ਹੈਗੇ ਆ, ਰੱਬ ਨਾ ਕਰੇ ਕਿ ਕੋਈ ਇੱਦਾਂ ਦੀ ਪ੍ਰੋਬਲਮ ਹੋਵੇ ਕਿ ਜਿੱਥੇ ਜੋਬ ਚਲੀ ਜਾਵੇ, ਪਰ ਉਹਦੇ ਚਾਂਸਿਸ ਮੈਨੂੰ ਬਣ ਰਹੇ ਨਜ਼ਰ ਆ ਰਹੇ ਹੈਗੇ ਕਿਉਂਕਿ ਉਹ ਸਟੇਬਿਲਿਟੀ ਨਹੀਂ ਹੈਗੀ। ਇਹਦੇ ਪਿੱਛੇ ਕਾਫੀ ਜ਼ਿਆਦਾ ਰੀਜ਼ਨਸ ਇੱਦਾਂ ਹੈਗੇ ਕਿ ਜਿੱਦਾਂ ਕਈ ਵਾਰੀ ਤੁਸੀਂ ਚਾਹੁੰਦੇ ਹਾਂ ਕਿ ਮੈਂ ਉੱਥੇ ਪਹੁੰਚਾਂ ਜਾਂ ਮੈਂ ਉੱਥੇ ਜਾਵਾਂ, ਪਰ ਤੁਹਾਡੇ ਕੋਲੋਂ ਪੂਰੀ ਤਰ੍ਹਾਂ ਪੂਰੀ ਮਿਹਨਤ ਦੇ ਨਾਲ ਤੁਸੀਂ ਸਾਰਾ ਕੁਝ ਜਿਹਨਾਂ ਪੂਰੀ ਹਿੰਮਤ ਦੇ ਨਾਲ ਪੂਰੀ ਮਿਹਨਤ ਤੁਸੀਂ ਉਹ ਕੰਮ ਕਰ ਨਹੀਂ ਪਾਉਂਦੇ ਹੈਗੇ। ਸੋ ਉਹਦੀ ਵਜ੍ਹਾ ਨਾਲ ਵੀ ਕੋਈ ਉਲਝਣ ਆ ਜਾਂਦੀ ਹੈਗੀ ਆ। ਸੋ ਮੈਂ ਇੰਨੀ ਚੀਜ਼ ਤੁਹਾਨੂੰ ਜ਼ਰੂਰ ਰੈਕਮੈਂਡ ਕਰੂੰਗੀ ਕਿ ਜੇ ਤੁਹਾਡੇ ਲਈ ਪੋਸੀਬਲ ਹੈਗਾ ਆ ਕਿ ਕੰਮ 'ਤੇ ਜਾਣ ਤੋਂ ਪਹਿਲਾਂ, ਜੋਬ 'ਤੇ ਜਾਣ ਤੋਂ ਪਹਿਲਾਂ ਤੁਸੀਂ ਪਾਣੀ ਦਾ ਗਲਾਸ ਥੋੜ੍ਹਾ ਜਿਹਾ ਲੈ ਲੈਣਾ ਹੈਗਾ ਆ, ਜਿੱਦਾਂ ਉਹਨਾਂ ਕਿ ਜਿਹਨਾਂ ਕਿ ਇੱਕ ਘੁੱਟ ਪਾਣੀ ਤੁਸੀਂ ਵਿੱਚ ਭਰ ਲੈਣਾ ਆ, ਬੇਸਿਕਲੀ ਉਹਨੂੰ ਉੱਤੇ ਤੱਕ ਨਹੀਂ ਭਰਨਾ, ਥੋੜ੍ਹਾ ਜਿਹਾ ਵਿੱਚ ਪਾਣੀ ਪਾਉਣਾ ਹੈਗਾ ਆ। ਉਹਦੇ ਵਿੱਚ ਇੱਕ ਪਿੰਚ ਸ਼ੂਗਰ ਦੀ ਪਾ ਲੈਣੀ ਆ, ਉਹ ਪੀ ਕੇ ਫਿਰ ਆਪਾਂ ਜੋਬ 'ਤੇ ਜਾਣਾ, ਫਿਰ ਆਪਾਂ ਕੰਮ 'ਤੇ ਜਾਣਾ ਆ, ਜਾਂ ਤੁਸੀਂ ਕੋਈ ਵੀ ਕੰਮ ਕਰਨ ਜਾਣਾ ਪਹਿਲਾਂ ਉਹ ਕਰੋ, ਪੀ ਕੇ ਫਿਰ ਅਸੀਂ ਘਰੋਂ ਜਾਣਾ ਹੈਗਾ ਆ। ਉਹਦੇ ਨਾਲ ਐਟਲੀਸਟ ਤੁਹਾਨੂੰ ਥੋੜ੍ਹੀ ਜਿਹੀ ਤੁਹਾਨੂੰ ਸਪੋਰਟ ਮਿਲ ਜੂਗੀ, ਥੋੜ੍ਹੀ ਜਿਹੀ ਤੁਹਾਨੂੰ ਹੈਲਪ ਮਿਲ ਜੂਗੀ। ਬਾਕੀ ਮੈਂ ਇੰਨੀ ਚੀਜ਼ ਤੁਹਾਨੂੰ ਜ਼ਰੂਰ ਰੈਕਮੈਂਡ ਕਰੂੰਗੀ ਕਿ ਜੇ ਤੁਸੀਂ ਕਦੇ ਵੀ ਕਿਸੇ ਵੀ ਤੁਸੀਂ ਧਾਰਮਿਕ ਜਗ੍ਹਾ 'ਤੇ ਗਏ ਜਾਂ ਚੈਰਿਟੀ ਸ਼ੋਪ 'ਤੇ ਗਏ ਅਤੇ ਮਨ ਦੇ ਵਿੱਚ ਆ ਕੇ ਮੈਂ ਕੁਛ ਚੈਰਿਟੀ ਨੂੰ ਦੇਣਾ ਆ, ਤੁਸੀਂ ਕੋਸ਼ਿਸ਼ ਕਰਨਾ ਕਿ ਤੁਸੀਂ ਵੀ ਕੋਈ ਵੀ ਯੈਲੋ ਜਾਂ ਵਾਈਟ ਕਲਰ ਦੀ ਚੀਜ਼ ਦਾਨ ਨਹੀਂ ਕਰਨੀ ਹੈਗੀ। ਜੇ ਤੁਸੀਂ ਕੁਛ ਚੈਰਿਟੀ ਨੂੰ ਦੇਣਾ ਆ, ਤੁਸੀਂ
ਕਾਪਰ ਦੀਆਂ ਚੀਜ਼ਾਂ ਦੇ ਸਕਦੇ ਜਿੱਦਾਂ 1 pence 2 pence ਕੋਇਨਸ ਤੁਸੀਂ ਦੇ ਸਕਦੇ ਹਾਂ, ਜਾਂ ਤੁਸੀਂ ਕੋਈ ਕਲੀਨਿੰਗ ਦਾ ਸਮਾਨ ਦੇ ਸਕਦੇ ਹੈਗੇ ਆ, ਡਸਟਪੈਨ ਐਂਡ ਬਰੱਸ਼, ਜਿਹੜੇ ਬਿਨ ਬੈਗਸ ਹੁੰਦੇ ਆ, ਵਾਸ਼ਿੰਗ ਅਪ ਲਿਕੁਇਡ, ਇੱਦਾਂ ਦੀਆਂ ਚੀਜ਼ਾਂ ਤੁਸੀਂ ਦੇ ਸਕਦੇ ਹਾਂ, ਵਾਈਪਸ ਜਾਂ ਨੈਪਕਿਨਸ, ਇੱਦਾਂ ਦੀਆਂ ਚੀਜ਼ਾਂ ਦੇ ਸਕਦੇ ਹੈਗੀਆਂ, ਉਹ ਤੁਹਾਡੇ ਜ਼ਿਆਦਾ ਬੈਟਰ ਰਹੂਗਾ। ਪਰ ਅਵੋਇਡ ਕਰੋ ਕਿ ਤੁਸੀਂ ਕੋਈ ਜਿੱਦਾਂ ਯੈਲੋ ਕਲਰ ਦੀ ਕੋਈ ਚੀਜ਼ ਨਾ ਹੋਵੇ ਜਾਂ ਵਾਈਟ ਕਲਰ ਦੀ ਕੋਈ ਚੀਜ਼ ਨਾ ਹੋਵੇ, ਉਹਦੇ ਨਾਲ ਫਿਰ ਤੇਰੀ ਲੱਕ ਜ਼ਿਆਦਾ ਸਟਰੋਂਗ ਹੋ ਜੂਗੀ। ਬਾਕੀ ਮੈਂ ਇਹ ਚੀਜ਼ ਤੁਹਾਨੂੰ ਜ਼ਰੂਰ ਰੈਕਮੈਂਡ ਕਰੂੰਗੀ ਕਿ ਜਦ ਵੀ ਤੁਹਾਨੂੰ ਮੌਕਾ ਮਿਲਿਆ, ਤੁਹਾਨੂੰ ਚਾਂਸ ਮਿਲਿਆ, ਤੁਸੀਂ ਆਪਣਾ ਵਾਲਿਟ ਜ਼ਰੂਰ ਚੇਂਜ ਕਰੋ, ਉਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ। ਕਦੇ ਵੀ ਲਾਈਫ ਦੇ ਵਿੱਚ ਤੁਸੀਂ ਡਾਰਕ ਬਰਾਊਨ ਜਾਂ ਬਲੈਕ ਕਲਰ ਦਾ ਵਾਲਿਟ ਨਹੀਂ ਯੂਜ਼ ਕਰਨਾ, ਤੁਹਾਡਾ ਵਾਲਿਟ ਲਾਈਟ ਬਰਾਊਨ ਹੋਵੇ, ਬੇਜ ਹੋਵੇ, ਕਰੀਮ ਰੰਗ ਦਾ ਹੋਵੇ, ਉਹ ਤੁਹਾਡੇ ਲਈ ਜ਼ਿਆਦਾ ਲੱਕੀ ਰਹੂਗਾ। ਇਨਫੈਕਟ ਤੁਹਾਡੇ ਲਈ ਜਿਹੜਾ ਤੁਹਾਡਾ ਵਾਲਿਟ ਹੈਗਾ, ਜੇ ਉਹ ਬਲੂ ਕਲਰ ਦਾ ਹੋਵੇ ਉਹ ਵੀ ਤੁਹਾਡੇ ਠੀਕ ਰਹੂਗਾ, ਬਟ ਡਾਰਕ ਬਰਾਊਨ ਜਾਂ ਬਲੈਕ ਤੁਹਾਡੇ ਲਈ ਇੰਨਾ ਲੱਕੀ ਨਹੀਂ ਰਹਿਣਾ ਹੈਗਾ। ਸੋ ਜਿੰਨੀ ਜਲਦੀ ਹੋ ਸਕੇ ਤੁਸੀਂ ਆਪਣਾ ਵਾਲਿਟ ਚੇਂਜ ਕਰ ਲੈਣਾ। ਜਦੋਂ ਤੁਸੀਂ ਉਹਨੂੰ ਆਪਣੇ ਨਾਲ ਪਹਿਲੀ ਵਾਰੀ ਰੱਖਾਂਗੇ, ਜੇ ਉਹ ਵੈਨਸਡੇ ਦਾ ਦਿਨ ਹੋ ਸਕਦਾ, ਬੁੱਧਵਾਰ ਦਾ ਦਿਨ, ਅਤੇ ਉਹ ਤੁਹਾਡੇ ਲਈ ਜ਼ਿਆਦਾ ਸਕਸੈਸਫੁਲ ਵੀ ਰਹੂਗਾ, ਉਹਦੇ ਨਾਲ ਹੈਲਪ ਹੋਊਗੀ। ਡੈਫੀਨੇਟਲੀ ਜਦ ਵੀ ਤੁਹਾਨੂੰ ਮੌਕਾ ਮਿਲਿਆ, ਤੁਸੀਂ ਮੇਰੇ ਨਾਲ ਇੱਕ ਵਾਰੀ ਔਫਿਰ ਜ਼ਰੂਰ ਗੱਲ ਕਰ ਲੈਣਾ, ਜਿੰਨੀ ਵੀ ਮੇਰੇ ਕੋਲ ਹੋ ਸਕੇ ਮੈਂ ਤੁਹਾਡੀ ਹੈਲਪ ਜ਼ਰੂਰ ਕਰੂੰਗੀ। ਤੁਹਾਡੀ ਡੀਟੇਲ ਰੀਡਿੰਗ ਕਰਕੇ ਆਈ ਡੂ ਮਾਈ ਬੈਸਟ ਟੂ ਹੈਲਪ ਯੂ ਇਨ ਦ ਬੈਸਟ ਵੇ ਪੋਸੀਬਲ, ਕਿ ਜਿਹਦੇ ਨਾਲ ਅਸੀਂ ਕੁਛ ਜ਼ਿਆਦਾ ਸਟਰੋਂਗ ਸਲਿਊਸ਼ਨ ਲੱਭ ਸਕੀਏ। ਕਿਉਂਕਿ ਜਿਹੜੀ ਮੈਂ ਚੀਜ਼ਾਂ ਤੁਹਾਨੂੰ ਹੁਣ ਸ਼ੇਅਰ ਕੀਤੀਆਂ ਹੈਗੀਆਂ, ਇਹ ਪਰਮਨੈਂਟ ਸਲਿਊਸ਼ਨ ਨਹੀਂ ਹੈਗੇ, ਇਹਦੇ ਨਾਲ ਥੋੜ੍ਹੀ ਬਹੁਤ ਸਾਨੂੰ ਰਾਹਤ ਮਿਲ ਜੂਗੀ। ਪਰ ਜੇ ਅਸੀਂ ਚਾਹੁੰਦੇ ਕਿ ਅਸੀਂ ਲਾਈਫ 'ਚ ਅੱਗੇ ਸਹੀ ਤਰੀਕੇ ਨਾਲ ਵਧਣਾ ਹੈਗਾ ਆ, ਤਾਂ ਉਹਦੇ ਲਈ ਜ਼ਰੂਰੀ ਆ ਕਿ ਸਾਡੀ ਸਟਰੈਂਥ ਸਾਡੇ ਨਾਲ ਹੋਵੇ। ਇਸ ਵੇਲੇ ਅੰਦਰੋਂ ਹੀ ਵੀਕਨੈਸ ਇੰਨੀ ਆ ਰਹੀ ਹੈਗੀ ਆ ਕਿ ਹਿੰਮਤ ਨਹੀਂ ਹੋ ਰਹੀ ਕਿ ਅਸੀਂ ਕੋਈ ਉਪਾਅ ਜਾਂ ਕੋਈ ਰੈਮਡੀ ਸਟਰੋਂਗਲੀ ਕਰ ਸਕੀਏ। ਸੋ ਸਭ ਤੋਂ ਪਹਿਲਾਂ ਇਹ ਆ ਕਿ ਵੀ ਨੀਡ ਟੂ ਗੈਟ ਆਰਸੈਲਵਸ ਟੁਗੇਦਰ, ਮੇਕ ਅ ਵੈਲ ਬੀਂਗ ਸਟਰੋਂਗ, ਫਿਰ ਅਸੀਂ ਨੈਕਸਟ ਸਟੈਪ ਲਈਏ। ਸੋ ਡੈਫੀਨੇਟਲੀ ਜਦ ਵੀ ਮੌਕਾ ਮਿਲਿਆ ਤੁਸੀਂ ਮੇਰੇ ਨਾਲ ਜ਼ਰੂਰ ਔਫਰ ਗੱਲ ਕਰ ਲੈਣਾ। ਆਈ ਡੂ ਮਾਈ ਐਬਸੋਲੂਟਲੀ ਬੈਸਟ ਟੂ ਹੈਲਪ ਯੂ ਇਨ ਐਵਰੀ ਵੇ ਆਈ ਕੈਨ। ਥੈਂਕ ਯੂ ਸੋ ਮੱਚ, ਗੋਡ ਬਲੈਸ ਯੂ। ਥੈਂਕ ਯੂ। ਅਤੇ ਰੱਬ ਕਰੇ ਕਿ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਕਿ ਸਾਡੀ ਜਿਹਨੇ ਸਾਡੀ ਸਿਹਤ ਠੀਕ ਰਵੇ, ਰੱਬ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ। ਜੇ ਅਸੀਂ ਆਪਣੀ ਲਾਈਫ ਦੇ ਵਿੱਚ ਅਸੀਂ ਦੇਖੀਏ ਕਿ ਸਾਡੀ ਲਾਈਫ ਦੇ ਵਿੱਚ ਮੇਨ ਐਸਪੈਕਟਸ ਜਾਂ ਮੇਨ ਕੋਰਨਰਸ ਕਿੱਥੇ ਹੁੰਦੇ, ਕਿ ਜਿੱਥੇ ਸਾਡੇ ਕੋਲ ਪ੍ਰੋਬਲਮ ਆਉਂਦੀ ਆ ਜਾਂ ਉਲਝਣ ਆਉਂਦੀ ਹੈਗੀ ਆ, ਸਭ ਤੋਂ ਪਹਿਲੀ ਚੀਜ਼ ਤਾਂ ਇਹ ਮੈਂ ਤੁਹਾਨੂੰ ਕਹੂੰਗੀ ਕਿ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ, ਸਾਰਿਆਂ ਨੂੰ ਸਿਹਤ ਦੇਵੇ। ਕਿਉਂਕਿ ਇਫ ਆ ਵੈਲ ਬੀਂਗ ਇਜ਼ ਗੁੱਡ, ਅਸੀਂ ਸਾਡੀ ਸਟਰੈਂਥ ਹੈਗੀ, ਅਸੀਂ ਕੋਈ ਉਪਾਅ ਜਾਂ ਕੋਈ ਕਰਮ ਜਾਂ ਕੋਈ ਵੀ ਕੰਮ ਅਸੀਂ ਨੱਟ ਭੱਜ ਕੇ ਅਸੀਂ ਫਟਾਫਟ ਕਰ ਸਕਦੇ ਹੈਗੇ ਹਾਂ। ਪਰ ਜੇ ਸਾਡੇ 'ਚ ਹਿੰਮਤ ਨਹੀਂ ਹੈਗੀ ਕੁਛ ਕਰਨ ਦੀ, ਅਸੀਂ ਰੱਬ ਦਾ ਨਾਮ ਵੀ ਨਹੀਂ ਲੈ ਸਕਾਂਗੇ। ਦੂਸਰੀ ਚੀਜ਼ ਕਿ ਸਾਡੇ ਕੋਲ ਫੈਮਿਲੀ ਦੀ ਸਪੋਰਟ ਹੈਨੀ ਚਾਹੀਦੀ ਹੈ, ਫੈਮਿਲੀ ਨਾਲ ਹੋਣੀ ਚਾਹੀਦੀ ਹੈਗੀ ਆ, ਕਿਉਂਕਿ ਉਹਦੇ ਨਾਲ ਹੀ ਸਾਨੂੰ ਐਕਸਟਰਾ ਹਿੰਮਤ, ਐਕਸਟਰਾ ਸਾਨੂੰ ਸਪੋਰਟ ਮਿਲਦੀ ਆ। ਇਹਦੇ ਵਿੱਚ ਅਸੀਂ ਹੋਰ ਗੱਲ ਕਰਾਂਗੇ, ਪਰ ਪਹਿਲਾਂ ਚੱਲਦੇ ਸੀ ਆਪਣੇ ਅਗਲੇ ਕਾਲਰ ਦੇ ਕੋਲ। ਹੈਲੋ ਜੀ। ਹੈਲੋ, ਹਾਂਜੀ, ਹਾਊ ਕੈਨ ਆਈ ਹੈਲਪ ਯੂ? Dr. Arti, I rang you, I think it was about 7 or 8 months back. Achha. Because I had a lot of negative energy around me. Okay. And you gave me some tips about trying to see if we can sort of relax this a little bit. I just wanted to know if anything's improved in any way. Okay. But I still feel trapped. I don't know how. Okay, let me have a look for you. Keep focusing on this for me. Just tell me when to stop on the first card and we'll take it forward from there. Thank you. Okay. Perfect. That's your first card. And once again, please. Stop. Achha, that's great. That's your second card. And once again, please. Stop. Perfect. That's your next card. I'm just going to take out a few extra cards as well for you, just so that I can tell you in a bit more detail. Let's have a look. Okay, you know, one thing that I'm seeing, it seems to be as if like you're the only one in the family who's trying to do something. Okay. Or who's trying to maybe trying to do like say God's name or do a remedy or do anything to kind of rectify things. There's no real support or no real help from anyone else. And you're the only one who's trying to do this. And unfortunately, you're not putting in the full efforts. So say, for example, if you've been given some remedy to do, I'm seeing like it's not really been completely done. You know, or it's not being, the remedies are not being done in the right way. Because normally, like say for example, if like the sort of negative energy you have is very dark, very intense, there's definitely some very, I would say, very dark energy that's been around you for some time.
you know, and this is not something new, this is something that's happened, I feel like it's something that's been with you for many years, I would say, you know, over 30 years even, like it's very intense. So this sort of energy doesn't go away overnight, but the sort of remedies that would be given for this energy, it wouldn't be one remedy, it will be a few remedies. And the way those remedies work is they work hand in hand. So say, for example, I'm going to try to think of an easy example. Like say, for example, you have to make tea. And I ask you to make tea and I say, look, you'll need milk, you'll need water, you'll need tea bags and sugar and a cup, you know. And then I'll let you know these are things that you need. And then you get the water, you boil the water and you say, Arti, I'm boiling the water. My tea's not made. I've been boiling it for so long. It's been ages now. It's boiling, but there's no tea. But if you just boil the water, you're not going to get your tea. You know, you'll need to do the other things, other parts of the remedy as well. Otherwise, you're not going to get the tea. No matter how long you boil the water for, it will evaporate, burn out, but you won't really get anything much from it. But you can't make the tea without the water either. So it's not like it's not important. It's all equally as important, but they work hand in hand and they need to be balanced. And that's how you're going to finally get your tea. So that's just an example of the remedy. But the way that you do the spiritual remedy, they work in a similar way, hand in hand, and they need to be done correctly. But I'm not seeing it's been done. I'm being honest with you. The way that it's coming up in the reading, it seems as if like there's only been like a step where it's stopped everything from completely collapsing or keep completely breaking down. But I feel there had been some progress where you maybe took one step forward, but something keeps pulling you back. Because it seems... I take one step forward and four steps back. Yeah, because it seems as if like maybe something's been started, but it's not been completed the right way. You know, right. So it needs to be complete the right way. The same way, like you can't make tea just by boiling water. You need to follow the remedies through thoroughly. Now, if it's been, say, 8 months since your last reading or since the last time that you spoke to me, then that's a very long time, to be honest, because within 8 months, it shouldn't take you so long for you to find some sort of a conclusion. So that means, yes. What you come to do was to stop wearing certain colours. Yeah. Which obviously I've stopped wearing certain colours, and I had to give certain charity, which I did. Yeah. So that was all I was asked to do. Yeah. So in that case, what I would recommend for yourself is that whenever you can, definitely speak to me off air. And I'll do your detailed reading for you, and hopefully we'll take things forward from there, because that wouldn't be the only things you would have been asked to do. Even if you had your reading on live TV, there would have definitely been more to it. I would have asked you to speak to me off air, because the dark energy in your life is actually very, very intense. You know, so I would say to you, definitely speak to me off air when you get a chance, and hopefully we'll take things forward from there. Thank you so much. God bless you. Thank you. ਤੇ ਹਾਂਜੀ ਜਿੰਨੇ ਵੀ ਮੇਰੇ ਕੋਲ ਜਿਨ੍ਹਾਂ ਦਿਨ ਮੈਂ ਅੱਜ ਨਹੀਂ ਗੱਲ ਕਰ ਸਕੀ, ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗਦੀ ਹਾਂ। ਯਾਦ ਰੱਖਣਾ ਮੇਰੇ ਕੋਲ ਯੂ ਨੋ ਜਿੰਨਾ ਕੁ ਵੀ ਟਾਈਮ ਹੁੰਦਾ, ਆਈ ਟ੍ਰਾਈ ਟੂ ਗਿਵ ਯੂ ਦ ਮੋਸਟ ਆਫ ਮਾਈ ਟਾਈਮ, ਦ ਮੈਕਸੀਮਮ ਟਾਈਮ, ਤਾਂ ਕਿ ਮੈਂ ਤੁਹਾਡੀ ਰੀਡਿੰਗਸ ਕਰ ਸਕਾਂ, ਤੁਹਾਡੀ ਮਦਦ, ਤੁਹਾਡੀ ਹੈਲਪ ਕਰ ਸਕਾਂ। ਪਰ ਜੇ ਕਿਸੇ ਵੀ ਰੀਜ਼ਨ ਦੇ ਲਈ ਤੁਹਾਡੀ ਲਾਈਵ ਸ਼ੋਅ ਦੇ ਉੱਤੇ ਗੱਲ ਨਾ ਹੋ ਪਾਈ, ਮੇਰੇ ਨਾਲ ਆਫ ਏਅਰ ਤੁਸੀਂ ਗੱਲ ਕਰ ਲਈਓ, ਮੇਰੀ ਟੀਮ ਦੇ ਨਾਲ ਹੁਣ ਹੀ ਗੱਲ ਕਰ ਲਓ, ਤੁਸੀਂ ਕਿਸੇ ਵੀ ਵੇਲੇ ਉਹਨਾਂ ਨੂੰ ਫੋਨ ਕਰ ਸਕਦੇ ਹਾਂ। ਸਵੇਰ ਨੂੰ ਤੁਸੀਂ 7 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ 7 ਦਿਨ ਉਹਨਾਂ ਨਾਲ ਗੱਲ ਕਰ ਸਕਦੇ ਹਾਂ। ਉਹ ਸਾਡੇ ਲਈ ਡੇਟ ਟਾਈਮ ਵਗੈਰਾ ਅਰੇਂਜ ਕਰ ਦੇਣਗੇ, ਤਾਂ ਕਿ ਅਸੀਂ ਉਹ ਫਿਰ ਗੱਲ ਕਰ ਸਕੀਏ ਜਾਂ ਮਿਲ ਸਕੀਏ। ਐਂਡ ਆਈ ਵਿਲ ਡੂ ਮਾਈ ਐਬਸੋਲੂਟ ਬੈਸਟ ਟੂ ਹੈਲਪ ਯੂ, ਬਟ ਰਿਮੈਂਬਰ ਯੂ ਨੀਡ ਟੂ ਹੈਲਪ ਯੂਰਸੈਲਫ ਐਜ਼ ਵੈਲ। ਫਿਰ ਜੇ ਤੁਸੀਂ ਚਾਹੁੰਦੇ ਕਿ ਮੈਂ ਤੁਹਾਡੀ ਮਦਦ ਕਰਾਂ, ਇਸ ਟੀਮ ਵਰਕ, ਆਈ ਕਾਂਟ ਡੂ ਐਵਰੀਥਿੰਗ ਅਲੋਨ, ਵੀ ਨੀਡ ਟੂ ਵਰਕ ਟੂਗੈਦਰ ਐਜ਼ ਅ ਟੀਮ, ਐਂਡ ਇਫ ਯੂ ਆਰ ਰੈਡੀ ਫੋਰ ਦੈਟ, ਆਈ ਵਿਲ ਡੂ ਮਾਈ ਬੈਸਟ ਟੂ ਹੈਲਪ ਯੂ। ਚਲੋ ਅੱਜ ਦੇ ਲਈ ਸਾਡੇ ਕੋਲ ਇੰਨਾ ਟਾਈਮ ਸੀਗਾ, ਆਈ ਵਿਲ ਸੀ ਯੂ ਗਾਇਜ਼ ਨੈਕਸਟ ਟਾਈਮ ਵੈਰੀ ਸੀਨ ਔਨ ਐ We'll be right back.
Leica Mobile, we do things your way. Buy a new SIM with our UK plan Ultra online and enjoy 15 gigabytes of ultra-fast 4G data and unlimited UK minutes and texts. All of this for the low price of just £12 for 30 days. This 50% off contract-free offer is available on our 4G LTE UK network. Don't miss out on this exclusive opportunity. Visit leicamobile.co.uk today. Terms and conditions apply. Your data, your way. Leica Mobile. Pure Heaven. Non-alcoholic celebration drinks. All the fun without the alcohol. Pure Heaven. Make every moment a sparkling moment. Now available at selected Tesco stores and Amazon. And those hip-hop fakers, Vishal and Shekhar. Here we go. This is Vishal. Hi, this is Shekhar. We're going to be performing at the Royal Festival Hall on the 27th of May, 2017. Part of the Alchemy Festival. We'll be performing at the Des Moines Fort Hall on the 29th of May, 2017. Make sure you get your tickets right now. Right now. धड़क धड़क बड़क साली चटक मटक फटक साली दुश्मन की देखो जो फट लावली विशाल एंड शेखर लाइव वसीयतनामा और ट्रस्ट बनाने के साथ ही आप अपने परिवार और जायदाद की हिफाजत हमेशा के लिए कर सकते हैं एबेकस विल्स एंड ट्रस्ट माहिर हैं विल्स और ट्रस्ट लिखने में इनहेरिटेंस टैक्स प्लानिंग और पावर ऑफ अटर्नी बनाने में हमारी लीगल टीम आपकी कागजी कार्रवाई आपके हालात और जरूरत के मुताबिक बनाते हैं आप ही की मदद करने के लिए है यहाँ 0845025000 हिस्टन हाइट वेस्ट लंदन के सबसे शानदार होटल्स में से एक विथ 303 एयर कंडीशन रूम्स एंड स्वीट्स वन ऑफ द लार्जेस्ट बैंक्वेट स्पेसेस इन लंदन मीटिंग रूम फॉर अप टू 1200 पीपल कॉन्फ्रेंसेस म्यूजिकल फंक्शन वेडिंग्स या कोई भी गैदरिंग मनपसंद भोजन शानदार आयोजन और बेहतरीन वेन्यू 400 गाड़ियों की पार्किंग के साथ Histon Height. For bookings, call 0208-572-1818. Excellency Joseph Kabila Kabange, President of the Democratic Republic of the Congo. Do you want beautiful, even-toned, smooth and polished skin? At Diva World Hair and Beauty, we understand your skin better than anyone. That is why we want to share with you the amazing products that is changing the lives of many people. We can help with skin damage from using bleaching creams, acne scars, blemishes, stretch marks, shaving bumps, ingrown hair and many more. Our products Bonjour, welcome sur Welcome TV. Actualité, binomo boyo ki ba actualité ndenge leki. D'abord,
Napisi bandeko nyo sumbote, c'est votre humble serviteur le pasteur Bienvenu Mestalin. Je suis kabiliste, communicateur de la diaspora et président de l'Adjo Kaka na diaspora, oisa dirigé par notre frère le président Fabrice Djombi partout dans le monde entier. Mbote ming na